ਤੋ ਮੈਂਨੇ ਛੁੜਾ ਕੇ ਮੈਂ ਉੱਪਰ ਭੱਗ ਗਈ ਮम्मा ਕੋ ਮੈਂਨੇ ਬਤਾਇਆ ਕਿ ਮम्मा ਮੇਕੋ ਅੰਕਲ ਬੈਟ ਟੱਚ ਕਰ ਰਹੇ ਹਨ ਤੋ ਮम्मा ਨੇ ਕਿਹਾ ਉਹ ਬੈਟ ਟੱਚ ਨਹੀਂ ਬੇਟਾ ਉਹ ਕੋ ਪਿਆਰ ਕਰ ਰਹੇ ਹੈ ਬਾਕੀ ਮੈਂ ਅੰਕਲ ਕੋ ਡਾਟ ਦੂੰਗੀ ਆਪ ਆਪ ਕਿਸੇ ਕੋ ਬਤਾਨਾ ਨਹੀਂ ਇਸ ਚੀਜ਼ ਕੇ ਬਾਰੇ ਮੈਂ ਤਾਂ ਜਦੋਂ ਅਸੀਂ ਇਸ ਚੀਜ਼ ਦੀ ਰਿਪੋਰਟ ਪੁਲਿਸ ਸਟੇਸ਼ਨ ਡੁਗਰੀ ਵਿੱਚ ਲਿਖਾਈ ਤਾਂ ਉਹਨਾਂ ਨੇ ਇਸ ਚੀਜ਼ ਨੂੰ ਮੰਨਣ ਤੋਂ ਮਨਾਂ ਕਰ ਦਿੱਤਾ ਕਿ ਇੱਕ ਮਦਰ ਕਿਸੇ ਇਸ ਤਰ੍ਹਾਂ ਕੁਝ ਕਰਵਾ ਸਕਦੀ ਹੈ کیا ایسا کہ دسنا نہیں اپ نے تھی تو یہ سارا کچھ انکل اپ کو مار دیں گے یہ کر دیں گے پوری رپورٹ لکھی بچے نے اپنے بیان پورے دتے مگر انہوں نے ادھے بیان دے ادھار تے بچے دی بیڈ ٹکس دی خالی رپورٹ لکھی ڈاکٹر نے کہا کہ بچے کے ساتھ اتنا کچھ ہوا ہے جس کا بھی اس کے میڈیکل میں بھی ہے ਕਹਾਂ ਪੇ ਇਸਕੇ ਪਿਤਾ ਕਹਾਂ ਥੇ ਇਸकी मदर कहां थे तो उनको बच्चे ने बताया कि मदर की प्रेजेंट पे ही सारा कुछ हुआ है मेरे बच्चे की पूरी लाइफ खराब हो गई हुई है मेरे बच्चे ने पूरी खराब कर दी थी कल मेरे बच्चा ਮੈਨੂੰ ਉੱਠ ਕੇ ਕਹੂਗਾ ਕਿ ਮੇਰੇ ਮੇਰੇ ਨਾਲ ਇੰਨਾ ਗਲਤ ਹੋਇਆ ਸੀ ਮੇਰੇ ਪਿਓ ਨੇ ਮੇਰੇ ਕੀ ਕੀਤਾ ਕੋਈ ਨਹੀਂ ਮੈਨੂੰ ਇਨਸਾਫ ਦਵਾਇਆ ਆਪਣੇ ਬਾਹਰ ਜਾਣ ਦੇ ਚੱਕਰਾ ਚ ਇਹ ਕੁਝ ਪੈਸਿਆਂ ਦੇ ਚੱਕਰਾਂ 'ਚ ਜੇ ਕਿਸੇ ਚੀਜ਼ ਦੇ ਕੋਈ ਵੀ ਲਾਲਚ ਦੇ ਚੱਕਰਾਂ 'ਚ ਇੱਕ ਮਦਰ ਆਪਣੇ ਆਪ ਨੂੰ ਬੱਚੇ ਨੂੰ ਕੁਝ ਕਰਵਾ ਸਕਦੀ ਹੈ। ਪ੍ਰੋਪਰ ਮੈਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ। ਬੱਚੇ ਨੂੰ ਬੱਚੇ ਬੱਚੇ ਨੂੰ ਟਿਊਸ਼ਨ ਛੱਡ ਜਾਂਦੇ ਮੇਰੇ ਮਦਰ ਜਾਂਦੇ ਹੈਗੇ ਆ। ਰਸਤੇ 'ਚ ਉਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਇੱਕ ਦੋ ਵਾਰ। ਪੁਲਿਸ ਕੋਲ ਜਾਓ ਉਹ ਕਹਿੰਦੇ ਪ੍ਰੂਫ ਲੈ ਕੇ ਆਓ। ਕਿਹੜਾ ਪ੍ਰੂਫ ਲੈ ਕੇ ਆਈਏ? ਸਾਨੂੰ ਤੇ ਮੇਰੇ ਬੱਚੇ ਨੂੰ ਟੌਰਚਰ ਕਰ ਰਿਹਾ ਕਿ ਕੇਸ ਨੂੰ ਵਾਪਸ ਲਓ ਮੈਂ ਕਿਉਂ ਵਾਪਸ ਲਾਵਾਂ ਆਪਣੇ ਬੱਚੇ ਦਾ ਕੇਸ ਕਿਉਂ ਮੈਂ ਆਪਣੇ ਬੱਚੇ ਨੂੰ ਇਨਸਾਫ ਨਹੀਂ ਦਿਵਾ ਸਕਦਾ ਮੇਰੀ ਬੇਈ ਬੱਚੀ ਨਾਲ ਜੋ ਕੁਝ ਹੋ ਰਿਹਾ ਜੋ ਮੇਰੇ ਨਾਲ ਹੋ ਰਿਹਾ ਹੈਗਾ ਵਾ ਪ੍ਰਮਾਤਮਾ ਕਰੇ ਕਿਸੇ ਨਾਲ ਨਾ ਹੋਵੇ 25 ਜੋ ਪਹਿਲਾਂ ਸੀਗੀ ਖੇੜ ਦੀ ਫੁਰਤੀ ਸੀ ਮੁਸਕਰਾਂਦੀ ਸੀਗੀ ਉਹ ਮੁਸਕਰਾਹਟ ਖਤਮ ਹੋ ਚੁੱਕੀ ਹੈ ਬੇਟੀ ਬਚਾਓ ਬੇਟੀ ਪੜਾਓ ਧੀਆ ਦਾ ਸਤਕਾਰ ਕਰੋ ਇਸਤਰੀ ਨੂੰ ਬਰਾਬਰ ਦਾ ਹੱਕ ਦਵੋ ਇਹ तमाम ਗੱਲਾਂ ਉਹ ਤੋਂ ਖੋਖਲੀਆਂ ਸਾਬਤ ਹੋ ਜਾਂਦੀਆਂ ਨੇ ਜਦੋਂ ਕੁਝ ਅਜਈਆਂ ਗੱਲਾਂ ਸਾਹਮਣੇ ਆਂਦੀਆਂ ਨੇ ਜੋ ਲੂਕੰਡੇ ਖੜੇ ਕਰ ਦਿੰਦੀਆਂ ਨੇ ਅੱਜ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਹੈ ਜਿਸ ਨੇ ਹਿਲਾ ਕੇ ਰੱਖ ਦਿੱਤਾ ਹੈ ਗੱਲਬਾਤ ਦੇ ਦੌਰਾਨ ਪਤਾ ਲੱਗਿਆ ਇੱਕ ਪਿਤਾ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ 10 ਸਾਲ ਦੀ ਬੱਚੀ ਦੇ ਨਾਲ ਕੁਕਰਮ ਹੋਇਆ ਹੈ ਮਾਂ ਜਿਸ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਉਸ ਮਾਂ ਤੇ ਇਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਬੱਚੀ ਦੀ 10 ਸਾਲ ਦੀ ਉਸ ਬੱਚੀ ਦੀ ਮਾਂ ਨੇ ਇਸ ਕੁਕਰਮ ਦੇ ਵਿੱਚ ਉਸ ਵਿਅਕਤੀ ਦਾ ਸਾਥ ਦਿੱਤਾ ਹੈ ਜਿਸ ਵਿਅਕਤੀ ਨੇ ਬੱਚੀ ਦੇ ਨਾਲ ਗਲਤ ਕੰਮ ਕੀਤਾ ਹੈ ਪੂਰੀ ਗੱਲਬਾਤ ਸਾਂਝੀ ਕਰਾਂਗੇ ਗੱਲਬਾਤ ਕਰ ਲੈਣੇ ਆ ਪਿਤਾ ਦੇ ਨਾਲ ਕੀ ਹੋਇਆ ਸ਼ੁਰੂਆਤ ਕਦੋਂ ਹੁੰਦੀ ਹੈ ਇੱਕ ਮਾਂ ਕੁਮਾਂ ਕਦੋਂ ਬਣਦੀ ਹੈ ਮੈਂ ਮੇ 2017 ਵਿੱਚ ਮੇਰੀ ਮੇਰੀ ਵਾਈਫ ਵਾਈਫ ਦਾ ਆਕਾਸ਼ ਨਾਮ ਆਕਾਸ਼ ਗੋਇਲ ਨਾਮ ਦੇ ਬੰਦੇ ਨਾਲ ਅਫੇਅਰ ਸੀਗਾ ਹੋ ਗਿਆ ਇਹ ਰਾਮਪੁਰਾ ਫੂਲ ਦਾ ਰਹਿਣ ਵਾਲਾ ਹੈ ਤੇ ਏਜੰਟੀ ਕਬੂਤਰबाजी ਦਾ ਕੰਮ ਕਰਦਾ ਹੈਗਾ ਵਾ ਇਹਦੇ ਚੱਕਰਾ ਚ ਆ ਕੇ ਵਾਈਫ ਨੇ ਬਾਹਰ ਜਾਣ ਦੇ ਚੱਕਰਾਂ ਦੇ ਵਿੱਚ ਉਹਦੇ ਨਾਲ ਅਫੇਰਕ ਹੋ ਗਿਆ ਬਾਅਦ ਚ ਉਹ ਇਹ ਫੇਰ ਜਿਆਦਾ ਵੱਧ ਗਿਆ ਜਿਸ ਕਾਰਨ ਉਹ ਘਰ ਇੱਕ ਵਾਰ ਤਾਂ 2017 ਵਿੱਚ ਹੁੰਦੇ ਨਾਲ ਭੱਜ ਗਈ ਸੀ ਮਗਰ ਕੁਝ ਸਮੇਂ ਬਾਅਦ 10 ਦਿਨਾਂ ਬਾਅਦ ਵਾਪਸ ਆ ਗਈ ਉਹਨੂੰ ਰੱਖ ਲਿਆ ਕਿਸੇ ਤਰੀਕੇ ਬੱਚੇ ਕਰਕੇ ਮਗਰ ਉਸ ਤੋਂ ਬਾਅਦ ਮਾ ਲਾਹ ਅਕਤੂਬਰ ਲਾਸਟ ਈਅਰ ਅਕਤੂਬਰ 2018 ਵਿੱਚ 11 ਅਕਤੂਬਰ ਨੂੰ ਉਹ ਫੇਰ ਦੁਬਾਰਾ ਹੁੰਦੇ ਨਾਲ ਭੱਜ ਗਈ ਘਰੋਂ ਚਲੀ ਗਈ ਅਸੀਂ ਕਿਹਾ ਕੋਈ ਬਾਤ ਕੋਈ ਗੱਲ ਨਹੀਂ ਅਗਰ ਉਹ ਸਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਕੋਈ ਪ੍ਰੋਬਲਮ ਨਹੀਂ ਹੈ ਮਗਰ ਅਸੀਂ ਸਾਨੂੰ ਡਿਵੋਰਸ ਲੈ ਕੇ ਅਸੀਂ ਆਪਣਾ ਲੱਗ ਹੋ ਜਾਂਨੇ ਆ ਕੋਈ ਪ੍ਰੋਬਲਮ ਨਹੀਂ ਆ ਮਗਰ ਬਾਅਦ ਵਿੱਚ ਥੋੜੀ ਥੋੜੀ ਦੇਰ ਬਾਅਦ ਬੱਚੇ ਤੇ ਬੱਚੇ ਨੇ ਜਦੋਂ ਸਾਨੂੰ ਦੱਸਣਾ ਸ਼ੁਰੂ ਕੀਤਾ ਕਿ ਅੰਕਲ ਮੇਰੇ ਕੋ ਬੈਟ ਟੱਚ ਕਰਤੇ تھے ਮੇਰੇ ਕੋ ਇਹ ਕਰਤੇ تھے ਅਸੀਂ ਕਿਹਾ ਕੋਈ ਗੱਲ ਨਹੀਂ ਪੁਲਿਸ ਸਟੇਸ਼ਨ ਚਾਵਾਂਗੇ ਪੁਲਿਸ ਵਾਲ ਨੇ ਕਹਿਣਾ ਬੱਚੇ ਬਦਲਾ ਲੈਣ ਵਾਸਤੇ ਆਪਣੇ ਬੱਚੇ ਦੇ ਬਿਆਨ ਕਰਵਾ ਰਿਹਾ ਹੈਗਾ ਵਾ ਜੋ ਕੁਝ ਕਰਵਾ ਰਿਹਾ ਹੈਗਾ ਵਾ ਅਸੀਂ ਇਸ ਚੀਜ਼ ਨੂੰ ਇਗਨੋਰ ਕੀਤਾ ਕਿ ਬੱਚਾ ਸਾਡਾ ਸੇਫ ਹੈਗਾ ਬੱਚਾ ਆਇਆ ਵਾ ਮਗਰ ਲਾਸਟ ਅ ਇਸੇ ਸਾਲ ਲੋਹੜੀ ਦੇ ਵੇਲੇ ਮੇਰਾ ਬ੍ਰਦਰ ਲੋਕ ਘਰ ਆਏ ਉਹਨਾਂ ਨੇ ਉਹਨਾਂ ਨੂੰ ਮੈਂ ਜਦੋਂ ਇੱਕ ਗੱਲ ਦੱਸੀ ਕਿ ਬੱਚੇ ਨਾਲ ਬੈਟ ਟੱਚ ਕਰਦਾ ਸੀਗਾ ਤੇ ਇਸ ਤਰ੍ਹਾਂ ਦੀ ਗੱਲ ਕਰਦਾ ਸੀਗਾ ਤੇ ਉਹਨਾਂ ਨੇ ਕਿਹਾ ਕਿ ਬੱਚੇ ਨੂੰ ਕਦੀ ਬਲੀਡਿੰਗ ਵਗੈਰਾ ਹੋਈ ਆ ਤਾਂ ਬੱਚੇ ਨੇ ਵੀ ਦੱਸਿਆ ਤੇ ਮੈਂ ਵੀ ਦੱਸਿਆ ਕਿ ਹਾਂ ਬਲੀਡਿੰਗ ਇੱਕ ਵਾਰ ਹੋਈ ਸੀਗੀ ਮਗਰ ਉਹ ਮੈਨੂੰ ਸੀਗਾ ਸ਼ਾਇਦ 25 ਦੇ ਕਰਕੇ ਉਹ ਪੀਰੀਅਡਸ ਕਰਕੇ ਉਹਨੂੰ ਬਲੀਡਿੰਗ ਆਈ ਹੈਗੀ ਆ ਤੇ ਮੈਨੂੰ ਵਾਈਫ ਨੇ ਵੀ ਇਹੀ ਕਿਹਾ ਸੀਗਾ ਕਿ ਬਲੀਡਿੰਗ ਹੁੰਦੇ ਕਰਕੇ ਆਈ ਹੈਗੀ ਆ ਮਗਰ ਜਦੋਂ ਮੇਰੇ ਬ੍ਰਦਰ ਲੋ ਨੇ ਉਹਦੇ ਬਾਰੇ ਬੱਚੇ ਕੋਲ ਪੁੱਛਿਆ ਪ੍ਰੋਪਰ ਤਾਂ ਪਤਾ ਚੱਲਿਆ ਕਿ ਬੱਚੇ ਨੂੰ ਬਲੀਡਿੰਗ ਹੁੰਦੇ ਕਰਕੇ ਨਹੀਂ ਆਈ ਹੁੰਦੇ ਨਾਲ ਕੁਝ ਗਲਤ ਹੋਇਆ ਹੋਇਆ ਵਾ ਤਾਂ ਜਦੋਂ ਅਸੀਂ ਇਸ ਚੀਜ਼ ਦੀ ਰਿਪੋਰਟ ਪੁਲਿਸ ਸਟੇਸ਼ਨ ਡੁਗਰੀ ਵਿੱਚ ਲਿਖਾਈ ਉਹਨਾਂ ਨੇ ਇਸ ਚੀਜ਼ ਨੂੰ ਮੰਨਣ ਤੋਂ ਮਨਾਂ ਕਰ ਦਿੱਤਾ ਕਿ ਇੱਕ ਮਦਰ ਕਿਸੇ ਇਸ ਤਰ੍ਹਾਂ ਕੁਝ ਕਰਵਾ ਸਕਦੀ ਹੈਗੀ ਆਪਣੇ ਬੱਚੇ ਨੂੰ ਜਦੋਂ ਪੁੱਛਿਆ ਤੁਹਾਡੇ ਬ੍ਰਦਰ ਇਨ ਲਾ ਨੇ ਕਿ ਕੀ ਹੋਇਆ ਸੀ ਬੱਚੀ ਨੇ ਦੱਸਿਆ ਕਿ ਇਸ ਤਰ੍ਹਾਂ ਬਲੀਡਿੰਗ ਕੀ ਦੱਸਿਆ ਉਹਨੇ ਘਰ ਕੋਈ ਆਇਆ ਸੀ ਕੋਈ ਵਿਅਕਤੀ ਕੋਈ ਉਪਰਾ ਬੰਦਾ ਜਿਨੇ ਇਸ ਤਰ੍ਹਾਂ ਕੀਤਾ ਹਾਂਜੀ ਮੇਰੀ ਬੱਚੀ ਨੇ ਦੱਸਿਆ ਕਿ ਮਾਰਚ ਵੇਲੇ ਛੁੱਟੀਆਂ ਸੀਗੀਆਂ ਮਮਾ ਕੇ ਫਰੈਂਡ ਘਰ ਤੇ ਆਏ ਉਹਨਾਂ ਨੇ ਪਹਿਲੇ ਇੱਕ ਦਿਨ ਆਏ ਤਾਂ ਉਹਨਾਂ ਨੇ ਮੇਰੇ ਕੋਲ ਬੋਲਾ ਕਿ ਆਪਕੋ ਮੈਂ ਗੁੰਮੀ ਗੁੰਮੀ ਕਰਵਾ ਲਾਤਾ ਹਾਂ ਬਾਹਰ ਕੁਮਾਲ ਲਾਤਾ ਹਾਂ तो उन्होंने मदर को ऊपर भेजा जाके आप तैयार हो जाओ तो मैं मैं नीचे टीवी देख रही थी और अंकल नीचे मेरे साथ आके बैठ गए तो उन्होंने धीरे धीरे मेरे को टच करना शुरू कर दिया मेरे नीचे चेस्ट पे वगैरह बैड टच करना शुरू कर दिया तो मैंने छुड़ा के मैं ऊपर भाग गई मम्मा को मैंने बताया कि मम्मा मेरे को अंकल बैड टच कर रहे हैं तो मम्मा ने कहा वो बैड टच नहीं बेटा आपको प्यार कर रहे हैं बाकी मैं अंकल को डांट दूँगी आप आप किसी को बताना नहीं इस चीज़ के बारे में उसके बाद एक दो दिन बाद मम्मा दो दिन बाद अंकल दोबारा घर आए तो उन्होंने मम्मा को बोला कि मेरे को भूख लगी हुई है आप कुछ खाने के लिए ले आओ बाहर से तो मम्मा को उन्होंने पैसे दिए और बाहर भेज दिया तो अंकल ने मेरे को दिया एक चॉकलेट दी चॉकलेट दी खुली हुई थी जब मैं वो खाई तो मैं सोफे पे मेरे को नीनी आ गई नीनी आने के बाद जब मैं उठी तो मेरे नाइट सूट पहना हुआ था कपड़े चेंज थे और मेरे नीचे पी हो रही थी दर्द हो रही थी नीचे तो उसके बाद मैं जब वॉशरूम गई तो मेरे ब्लीडिंग बहुत हुई तो मैंने मम्मा को बताया तो मम्मा ने कहा आपको इन्फेक्शन हो गई हुई है मैं आपको डॉक्टर के पास लेके जाऊंगी कल ठीक है आप कोई प्रॉब्लम नहीं होगी तो मगर मम्मा डॉक्टर के पास नहीं लेके गए उसके बाद ए अंकल मम्मा की फ्रेंड आ गई चंडीगढ़ से मम्मा ने कहा मैं आप मेरी फ्रेंड आई हुई है चंडीगढ़ से वो डॉक्टर हैं तो उन्होंने मेरा इलाज किया मेरे को वहाँ पर उन्होंने देखा उन्हें दवाई दवाई दी तीन चार दिन बाद मैं ठीक हो गई ठीक होने के बाद कहती मैं ठीक हो गई तो तो इस चीज़ की हमने जो जाके मैंने पुलिस स्टेशन में भी बताया उनको कि ये वाकया हुआ था उन्होंने सिर्फ वन फर्स्ट पार्ट के कारण ही उनका सिर्फ ਟੱਚਿੰਗ ਕੈ ਉਹਨਾਂ ਨੇ ਕੀਤਾ ਕਹਿੰਦੇ ਜਦ ਤੱਕ ਮੈਡੀਕਲ ਨਹੀਂ ਆਤੀ ਹਮ ਬਾਕੀ ਰਿਪੋਰਟ ਮਤਲਬ ਜਿਹੜੀ ਕੰਪਲੇਂਟ ਸੀ ਉਹ ਸਿਰਫ ਬੈਟ ਟੱਚ ਦੀ ਬੈਟ ਟੱਚ ਦੀ ਉਹਨਾਂ ਨੇ ਕੰਪਿਊਟਰ ਰਿਪੋਰਟ ਲਿਖਾਈ ਪੂਰੀ ਰਿਪੋਰਟ ਨਹੀਂ ਲਿਖੀ ਬੱਚੇ ਨੇ ਆਪਣੇ ਬਿਆਨ ਪੂਰੇ ਦਿੱਤੇ ਮਗਰ ਉਹਨਾਂ ਨੇ ਅੱਧੇ ਬਿਆਨ ਦੇ ਆਧਾਰ ਤੇ ਹੀ ਬੱਚੇ ਦੀ ਬੈਟ ਟੱਚ ਦੀ ਖਾਲੀ ਰਿਪੋਰਟ ਲਿਖੀ ਜਦੋਂ ਘਰ ਕੋਈ ਉਪਰਾ ਵਿਅਕਤੀ ਆਉਂਦਾ ਸੀ ਤੁਹਾਡੀ ਵਾਈਫ ਵੀ ਕਰੇ ਹੁੰਦੀ ਸੀ ਬੱਚੀ ਕਰੇ ਹੁੰਦੀ ਸੀ ਕਦੀ ਬੱਚੀ ਨੇ ਤੁਹਾਨੂੰ ਦੱਸਿਆ ਨਹੀਂ ਕਿ ਘਰ ਤੁਹਾਡੀ ਐਬਸੈਂਸ ਦੇ ਵਿੱਚ ਕੋਈ ਆਉਂਦਾ ਨਹੀਂ ਸਰ ਨਹੀਂ ਮੈਮ ਉਹਨਾਂ ਨੇ ਬੱਚੇ ਨੂੰ ਸਿਖਾਇਆ ਹੋਇਆ ਸੀਗਾ ਉਹਨੂੰ ਗਿਫਟ ਦਿੰਦੇ ਸੀਗੇ ਉਹਨੂੰ ਘੁਮਾਉਂਦੇ ਫਿਰਾਂਦੇ ਸੀ ਖਵਾਉਂਦੇ ਪਿਆਉਂਦੇ ਸੀਗੇ ਤੇ ਉਹਨਾਂ ਨੂੰ ਕਿਹਾ ਐਸੀ ਬੱਚੇ ਨੂੰ ਕਿਹਾ ਹੋਇਆ ਸੀਗਾ ਕਿ ਦੱਸਣਾ ਨਹੀਂ ਆਪਣੀ ਨਹੀਂ ਤੋ ਇਹ ਸਾਰਾ ਕੁਝ ਅੰਕਲ ਆਪ ਕੋ ਮਾਰ ਦੇਂਗੇ ਇਹ ਕਰ ਦੇਂਗੇ ਅੰਕਲ ਦੁਗਸਤੇ ਹੋ ਜਾਣਗੇ ਹਮੇ ਅੰਕਲ ਤੋਂ ਗਿਫਟ ਲੈ ਕੇ ਦਿੱਤੇ ਫਰੋਕ ਲੈ ਕੇ ਦਿੱਤੇ ਹੈ ਬੱਚੇ ਕੋ ਲਾਲਚ ਦਿਆ ਹੋਆ ਥਾ ਔਰ ਧਮਕਾਇਆ ਵੀ ਹੋਆ ਥਾ ਇਸ ਚੀਜ਼ ਕੇ ਬਾਰੇ ਮੇ ਕਿ ਆਪਨੇ ਕਿਸੇ ਕੋ ਨਹੀਂ ਬਤਾਨਾ ਕਿ ਅੰਕਲ ਆਏ ਥੇ तो यहाँ पे फिर जो मैंने जो पुलिस स्टेशन में जब लिखाई तो उन्होंने कहा कि नहीं सर जब तक मेडिकल नहीं आ जाती तब तक हम पूरी पूरा एफ नहीं लिख सकते अभी हम सिर्फ बैड टच की लिख सकते हैं तो इसको मैंने कहा कितने टाइम में लगेगा कहते पहले तो बोल रहे थे एक महीने में आ जाती है तो मैंने एक महीना वेट किया उसके बाद भी नहीं रिपोर्ट आई तो दो तीन महीने बाद आ जाएगी तो जब हम यहाँ पे मैं आ, मेडिकल करवाने के लिए तेईस तेईस मार्च को लास्ट ईयर 2018 को 23 मार्च को जब हम गए तो पुलिस स्टेशन में इन्होंने हमें बुलाया कि हमने ना मेडिकल करवाना और बच्चे के बयान लेने दोबारा से तो मैं हम मैं यहाँ पर पुलिस स्टेशन डूरी में गए तो उन्होंने बच्चे के पूरे बयान लिए मगर उसकी एफ आधी काटी उसी बयान के आधार पर ये बयान ले मेडिकल कराने चले गए जो मेडिकल वहाँ पे डॉक्टर थी सिविल हॉस्पिटल में तो उन्होंने इसको करने से मना कर दिया था कि मैं के बयान के आधार पे मेडिकल नहीं करूँगी एफ आई आर तो एफ़ आई के बगैर मैं मेडिकल नहीं करूँगी आप एफ़ आई कॉपी लेके आओ मगर इन्होंने पता नहीं किसी से फ़ोन फोन करवाया तो उन्होंने मेडिकल वहाँ पे कर दिया तो मेरी मदर अंदर गए हुए वह थे वहाँ पे अंदर डॉक्टर के पास थे बच्चे के साथ थे और पुलिस वाली मैडम भी थी तो डॉक्टर ने कहा कि बच्चे के साथ इतना कुछ हुआ है इसका इसके मेडिकल में भी है कि इसके अंदर प्रॉब्लम हुई हुई है ਤੋ ਆਪ ਇਸ ਕੀ ਕਾਂ ਪੇ ਇਸ ਕੇ ਪਿਤਾ ਕਾਂ ਥੇ ਇਸ ਕੀ ਮਦਰ ਕਾਂ ਥੇ ਤੋ ਉਨ ਕੋ ਬੱਚੇ ਨੇ ਬਤਾਇਆ ਕਿ ਮਦਰ ਕੀ ਪ੍ਰੈਜ਼ੈਂਟ ਮੇ ਹੀ ਸਾਰਾ ਕੁਝ ਹੋਇਆ ਹੈ ਮਤਲਬ ਡਾਕਟਰ ਨੇ ਤੁਹਾਡੀ ਮਦਰ ਨੂੰ ਦੱਸਿਆ ਕਿ ਬੱਚੀ ਦੇ ਨਾਲ ਹਾਂਜੀ ਉਹਨਾਂ ਨੇ ਮੈਨੂੰ ਉਸੇ ਟਾਈਮ ਦੱਸਤਾ ਸੀਗਾ ਕਿ ਬੱਚੀ ਹੋਇਆ ਵਾ ਤੁਸੀਂ ਜਿੰਨਾ ਜਲਦੀ ਹੋ ਸਕੇ ਇਹਦੀ ਐਫ ਆਈ ਆਰ ਪ੍ਰੋਪਰ ਕਟਵਾਓ ਤੋ ਮੈਂ ਇਹਨਾਂ ਨੂੰ ਆਕੇ ਜੋ ਇੱਥੇ ਜੋ ਇੱਥੇ ਐਸ ਐਚਓ ਸੀਗੇ ਉਹਨਾਂ ਨੂੰ ਮੈਂ ਦੱਸਿਆ ਕਿ ਬੱਚੇ ਨਾ ਐਫਆਈ ਉਹਨਾਂ ਮੈਡ ਡਾਕਟਰ ਨੇ ਵੀ ਕਿਹਾ ਵਾ ਕਿ ਹੋਇਆ ਵਾ ਉਹ ਕਹਿੰਦੇ ਅਸੀਂ ਗਹਿ ਕਹਾ ਦੀ ਗੱਲ ਨਹੀਂ ਕਰਦੇ ਹੈਗੇ ਆ ਤੁਸੀਂ ਮੈਡੀਕਲ ਦੀ ਰਿਪੋਰਟ ਆ ਲੰਦੋ ਉਸ ਤੋਂ ਬਾਅਦ ਅਸੀਂ ਕਰਾਂਗੇ ਜੋ ਵੀ ਕਰਨੀ ਆ ਇਹ ਤਾਂ ਜੇ ਆਪਾਂ ਛੋਟੀ ਐਫਆਈਆਰ ਆ ਉਸ ਤੋਂ ਬਾਅਦ ਅਸੀਂ ਇਹਨੂੰ ਐਡ ਕਰ ਸਕਦੇ ਹੈਗੇ ਆ ਤਾਂ ਇਸ ਚੀਜ਼ ਨੂੰ ਇੱਕ ਮਹੀਨਾ ਬੀਤਣ ਤੋਂ ਬਾਅਦ ਨਹੀਂ ਹੋਇਆ ਤਾਂ ਮੈਂ ਇਸ ਦੀ ਕਮਿਸ਼ਨਰ ਤੇ ਕਮਿਸ਼ਨਰ ਆਫਿਸ 'ਚ ਮੈਂਨੇ ਦਰਖਾਸਤ ਲਗਾਈ ਕਿ ਬੱਚੇ ਦੀ ਬੱਚੇ ਦੀ ਐਫਆਈਆਰ ਪ੍ਰੋਪਰ ਨਹੀਂ ਕੱਟੀ ਗਈ ਹੈਗੀ ਆ ਤਾਂ ਉਹਨਾਂ ਨੇ ਮੈਨੂੰ ਅ ਅੱਗੇ ਇਸ ਚੀਜ਼ ਬਾਰੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਵੇਟ ਕਰੋ ਤੇ ਅਸੀਂ ਕਰਵਾ ਦਾਂਗੇ ਮੈਨੂੰ ਨੇ ਮੇਰੇ ਐਡਵੋਕੇਟ ਹੈਗੇ ਆ ਤੇ ਦੋਸਤ ਹੈਗੇ ਉਹਨਾਂ ਨੇ ਕਿਹਾ ਕਿ 164 ਦੇ ਬਿਆਨ ਕਰਵਾ ਦਿਓ ਉੱਥੇ ਜੋ ਵੀ ਹੋਊਗਾ ਬਿਆਨਾਂ ਦੇ ਆਧਾਰ ਤੇ ਐਫਆਈਆਰ ਹੋ ਜਾਊਗੀ ਤੇ ਮੈਡੀਕਲ ਭਾਵੇਂ ਬਾਅਦ ਚ ਹੋਊਗਾ ਤਾਂ ਮੈਡੀਕਲ ਐਫਆਈਆਰ ਅੱਗੇ ਪਿੱਛੇ ਹੋ ਸਕਦੀ ਹੈਗੀ ਆ ਕੁਝ ਚੀਜ਼ਾਂ ਇਸ ਚੀਜ਼ਾਂ ਦੀ ਹੁੰਦੀ ਹੈ ਤੇ ਅਸੀਂ 164 ਦੇ ਬਿਆਨ ਦਰਵਾਏ ਕਰਵਾਏ ਸੀਗੇ ਆਪਣੇ ਕੋਰਟ ਦੇ ਵਿੱਚ ਜਸ ਸਾਹਮਣੇ ਇਹਨਾਂ ਬੱਚੇ ਦੇ ਪੂਰੇ ਬਿਆਨ ਲਿੱਤੇ 164 ਦੇ ਜਿੰਦੇ ਬੱਚੇ ਨੇ ਪੂਰੇ ਬਿਆਨ ਦਿੱਤੇ ਉਸ ਦੇ ਆਧਾਰ ਤੇ ਉਹਦੀ ਮਦਰ ਤੇ ਤੇ ਉਹਦੇ ਆਕਾਸ਼ ਗੋਇਲ ਤੇ ਪ੍ਰੋਪਰ 376 ਲੱਗੀ ਤੇ 120 BB ਲੱਗੀ ਦੋਨਾਂ ਤੇ ਤੇ ਉਹਨਾਂ ਤੇ ਲੱਗ ਕੇ ਉਹਨਾਂ ਦੀ ਉਹਨਾਂ ਨੂੰ ਅਰੈਸਟ ਵਾਸਤੇ ਭੇਜਣ ਵਾਸਤੇ ਕਹਿ ਦਿੱਤਾ ਮਗਰ 1 ਮਹੀਨਾ ਬੀਤਣ ਤੇ ਇਹਨਾਂ ਨੇ ਕਿਸੇ ਨੇ ਵੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਤੇ ਉਹਨਾਂ ਨੇ ਫਿਰ ਆਪਣੀ ਇਥੇ ਸੈਸ਼ਨ ਸੈਸ਼ਨ ਕੋਰਟ ਚ ਐਪਲੀਕੇਸ਼ਨ ਬੇਲ ਐਪਲੀਕੇਸ਼ਨ ਲਗਾਈ ਉਹ ਵੀ ਰਿਜੈਕਟ ਹੋ ਗਈ ਮਗਰ ਇਹਨਾਂ ਨੇ ਜਦੋਂ ਹਾਈ ਕੋਰਟ ਚ ਬੇਲ ਲਗਾਈ ਤਾਂ ਇਹਨਾਂ ਨੇ ਜੋ ਮੇਰੇ ਵੱਲੋਂ ਵਕੀਲ ਜਾ ਰਿਹਾ ਸੀਗਾ ਜਾਂ ਸਰਕਾਰੀ ਵਕੀਲ ਸੀ ਦੋਨਾਂ ਨੂੰ ਖਰੀਦ ਲਿਆ ਤੁਹਾਨੂੰ ਇਹ ਗੱਲ ਕਿਦਾਂ ਪਤਾ ਲੱਗੇਗੀ ਕਿ ਵਕੀਲਾਂ ਨੂੰ ਖਰੀਦ ਲਿਆ ਕਿਉਂਕਿ ਜੋ ਮੇਰਾ ਵਕੀਲ ਸੀਗਾ ਮੈਂ ਉਹਨੂੰ ਪੈਸੇ ਦਿੱਤੇ ਸੀਗੇ ਦੇ ਕੇ ਉਹਨੂੰ ਖੜਾ ਕੀਤਾ ਸੀਗਾ ਉਹ ਆਇਆ ਹੀ ਨਹੀਂ ਨਾ ਹੀ ਸਰਕਾਰੀ ਵਕੀਲ ਆਇਆ ਉੱਥੇ ਕਿਸੇ ਨੇ ਵੀ ਮੇਰੇ ਕੇਸ ਨੂੰ ਉੱਥੇ ਪ੍ਰੈਜੈਂਟ ਕੀਤਾ ਹੀ ਨਹੀਂ ਜਦੋਂ ਕਿ ਇਹ 10 ਸਾਲ ਦੀ ਬੱਚੀ ਦਾ ਕੇਸ ਹੈਗਾ ਤਾਂ ਬੈਡਵੋਕੇਟ ਹੋਵੇ ਜਾਂ ਕੋਈ ਵੀ ਹੋਵੇ ਮਾਨਵਤਾ ਦੇ ਆਧਾਰ ਤੇ ਕੋਈ ਵੀ ਆ ਸਕਦਾ ਹੈਗਾ ਵਾ ਮਗਰ ਇਹ ਉਹਨਾਂ ਨੇ ਦੋਨਾਂ ਨੂੰ ਫਰੀਦ ਹੀ ਲਿਆ ਉਹ ਆਏ ਹੀ ਨਹੀਂ ਉਹਨਾਂ ਨੂੰ ਕੋਈ ਪ੍ਰੈਜੈਂਟ ਕਰਨ ਵਾਸਤੇ ਦੂਜੇ ਤੱਕ ਤਰਨੇ ਨਹੀਂ ਹੁੰਦੇ ਜੋ ਤੱਕ ਐਕਸਪੋਜ਼ ਨਹੀਂ ਕੀਤਾ ਜਾਂਦਾ ਜਾਂ ਤੱਕ ਨਾਰੇਵਾਜ਼ੀ ਨਹੀਂ ਕੀਤੀ ਜਾਂਦੀ ਉਹ ਤੱਕ ਪ੍ਰਸ਼ਾਸਨ ਹਰਕਤ ਵਿੱਚ ਨਹੀਂ ਆਉਂਦਾ ਸਹੀ ਤਰੀਕੇ ਨਾਲ ਮੈਮ ਕੁਛ ਹੁੰਦੀ ਆ ਗੱਲਾਂ ਹੈਗੀਆਂ ਕਿ ਬੱਚੇ ਬੱਚੇ ਦੀ ਪੂਰੀ ਲਾਈਫ ਹੁੰਦੀ ਆ ਜਿਸ ਨੂੰ ਆਪਾਂ ਐਕਸਪੋਜ਼ ਨਹੀਂ ਕਰ ਸਕਦੇ ਹੈਗੇ ਆ ਜੇ ਧਰਨੀ ਲਗਾ ਕੇ ਬੱਚੇ ਜਾਂ ਕੁਝ ਕਰਕੇ ਆਪਾਂ ਬੱਚੇ ਦੀ ਲਾਈਫ ਨੂੰ ਨਹੀਂ ਖਰਾਬ ਕਰ ਸਕਦੇ ਇਹ ਸਾਰਾ ਕੁਝ ਹੈਗਾ ਪੁਲਿਸ ਦੇ ਹੱਥ ਚ ਹੁੰਦਾ ਹੈਗਾ ਕਿ ਜੋ ਕਹਿ ਸਕਦੇ ਧਰਨੇ ਲਗਾ ਕੇ ਤਾਂ ਉਹ ਤਾਂ ਸਭ ਕੁਝ ਮਿਲ ਜੂਗਾ ਸਾਪਨ ਮਤਲਬ ਲੋਕ ਵੀ ਮਜਬੂਰ ਨੇ ਲੋਕ ਇਸੇ ਕਰਕੇ ਐਦਾ ਦੇ ਕਦਮ ਚੁੱਕਦੇ ਨੇ ਸੜਕਾਂ ਤੇ ਆਉਂਦੇ ਨੇ ਕਿਉਂਕਿ ਸਾਇਲੈਂਟ ਵੇ ਨਾਲ ਜਦੋਂ ਧਰਨਾ ਜਾਂ ਸਾਇਲੈਂਟ ਵੇ ਨਾਲ ਉਹਨਾਂ ਕੋਲ ਜਾਇਆ ਜਾਏ ਜਾਂ ਅਪੀਲ ਕੀਤੀ ਜਾਏ ਕਿ ਸਾਡੇ ਕੇਸ ਵੱਲ ਧਿਆਨ ਦਿੱਤਾ ਜਾਏ ਤਾਂ ਨਹੀਂ ਦਿੱਤਾ ਜਾਂਦਾ ਬਿਲਕੁਲ ਮੈਮ ਕੁਛ ਨਹੀਂ ਦੇ ਦਿੱਤਾ ਸੀ ਤਾਂ ਹੀ ਤਾਂ ਪੁਲਿਸ ਵਾਲੇ ਇਸ ਚੀਜ਼ 'ਤੇ ਐਫਆਈਆਰ ਤੱਕ ਨਹੀਂ ਕਰਦੇ ਆ ਗਏ ਆ ਮੈਂ ਤਾਂ ਉਸੇ ਟਾਈਮ ਉਹਨਾਂ ਨੇ ਕਿਹਾ ਤਾਂ ਕਹਿੰਦੇ ਅਸੀਂ ਨਹੀਂ ਕੋਈ ਐਫਆਈਆਰ ਕਰਨੀ ਜਦ ਦਫਾ ਹੋਏ ਤੋਂ ਜਦ ਅਸੀਂ ਨਹੀਂ ਕੋਈ ਐਫਆਈਆਰ ਕਰਨੀ ਝੂਠੇ ਕੇਸ ਪਾ ਰਿਹਾ ਆਪਣੀ ਜਨਾਨੀ ਤੇ ਮੈਂ ਕਿਹਾ ਉਹ ਜਨਾਨੀ ਤਾਂ ਮੈਂ ਕਿਉਂ ਕਰੂੰਗਾ ਜਿੰਦੇ ਅੱਗੇ ਵੀ ਅਫੇਅਰ ਦੇ ਆ ਗਏ ਆ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਅਫੇਅਰ ਰਹਿ ਚੁੱਕੇ ਆ ਮੈਂ ਉਸ ਜਨਾਨੀ ਨੂੰ ਕਿਉਂ ਆਪਣੇ ਕੋਲ ਰੱਖੂੰਗਾ ਨਾ ਮੈਨੂੰ ਕਿਸੇ ਆਕਾਸ਼ ਗੁਇਲ ਤੋਂ ਕੁਛ ਨਹੀਂ ਲੈਣਾ ਮਗਰ ਮੈਨੂੰ ਆਪਣੇ ਬੱਚੇ ਤੋਂ ਲੈਣਾ ਵਾ ਮੇਰੇ ਬੱਚੇ ਨਾਲ ਜੋ ਗਲਤ ਹੋਇਆ ਉਹ ਮੈਨੂੰ ਆਪਣਾ ਇਨਸਾਫ ਚਾਹੀਦਾ ਮੇਰੇ ਬੱਚੇ ਨੇ ਪੂਰੀ ਖਰਾਬ ਕਰ ਦਿੱਤੀ ਉਹ ਕੱਲ ਨੂੰ ਮੇਰੇ ਬੱਚਾ ਮੈਨੂੰ ਉੱਠ ਕੇ ਕਹੂਗਾ ਕਿ ਮੇਰੇ ਮੇਰੇ ਨਾਲ ਇੰਨਾ ਗਲਤ ਹੋਇਆ ਸੀ ਮੇਰੇ ਪਿਓ ਨੇ ਮੇਰੇ ਕੀ ਕੀਤਾ ਕਿਉਂ ਨਹੀਂ ਮੈਨੂੰ ਇਨਸਾਫ ਦਵਾਇਆ ਬੱਚੀ ਦੇ ਦਿਮਾਗ ਤੇ ਇਹ ਵੀ ਗੱਲ ਹੋਏਗੀ ਕਿ ਉਹਦੀ ਮਾਂ ਨੇ ਉਹਦੇ ਨਾਲ ਕੀ ਕੀਤਾ ਬਿਲਕੁਲ ਬਿਲਕੁਲ ਜੀ ਉਹਦੀ ਮੈਂ ਉਹਨੂੰ ਇਹ ਹੋਊਗਾ ਮੇਰੀ ਮਦਰ ਨੇ ਕੀਤਾ ਮੇਰੀ ਮਦਰ ਨੇ ਮੇਰੇ ਨਾਲ ਗਲਤ ਕੀਤਾ ਉਸ ਤੋਂ ਬਾਅਦ ਉਸ ਇਨਸਾਨ ਨਾਲ ਕਰਵਾਇਆ ਜਾ ਕੇ ਜੋ ਜਿਹਨੂੰ ਜਾਣਦੀ ਵੀ ਨਹੀਂ ਸੀਗੀ ਇੱਕ ਬੈਕ ਆਪਣੇ ਬਾਹਰ ਜਾਣ ਦੇ ਚੱਕਰਾਂ 'ਚ ਜਾਂ ਕੁਝ ਪੈਸਿਆਂ ਦੇ ਚੱਕਰਾਂ 'ਚ ਜਾਂ ਕਿਸੇ ਚੀਜ਼ ਦੇ ਕੋਈ ਵੀ ਲਾਲਚ ਦੇ ਚੱਕਰਾਂ 'ਚ ਇੱਕ ਮਦਰ ਆਪਣੇ ਆਪ ਨੂੰ ਬੱਚੇ ਨੂੰ ਕੁਝ ਕਰਵਾ ਸਕਦੀ ਹੈ ਇਹ ਨਹੀਂ ਹੋ ਸਕਦਾ ਹੈਗਾ ਜਦੋਂ ਪ੍ਰਸ਼ਾਸਨ ਦਾ ਸਹਾਰਾ ਲਿਆ ਕੋਰਟ ਤੱਕ ਪਹੁੰਚੀ ਗੱਲ ਤੇ ਕਦੀ ਕੋਈ ਥ੍ਰੈਟ ਕਾਲ ਆਈ ਹੈ ਕਿ ਨਹੀਂ ਮੈਮ ਬਹੁਤ ਆਈਆਂ ਮੈਂ ਮੇਰੇ ਕੋ ਉਹਨਾਂ ਨੇ ਜਦੋਂ ਮੈਡੀਕਲ ਆਇਆ ਬੱਚੇ ਦਾ ਮੈਡੀਕਲ ਆਨ ਤੋਂ ਬਾਅਦ ਉਹਨਾਂ ਨੇ ਪ੍ਰੋਪਰ ਮੈਨੂੰ ਟਾਰਚਰ ਕਰਨਾ ਸ਼ੁਰੂ ਕਰ ਦਿੱਤਾ ਬੱਚੇ ਨੂੰ ਬੱਚੇ ਬੱਚੇ ਟਿਊਸ਼ਨ ਛੱਡ ਜਾਂਦੇ ਮੇਰੇ ਮਦਰ ਜਾਂਦੇ ਹੈਗੇ ਆ ਰਸਤੇ 'ਚ ਉਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਇੱਕ ਦੋ ਵਾਰ ਪੁਲਿਸ ਕੋਲ ਜਾਓ ਉਹ ਕਹਿੰਦੇ ਕੋਈ ਪ੍ਰੂਫ ਲੈ ਕੇ ਆਓ ਕਿਹਦਾ ਪ੍ਰੂਫ ਲੈ ਕੇ ਆਈਏ ਜਿੱਥੇ ਅਸੀਂ ਰਹਿਨੇ ਆ ਗਏਾ ਕੌਣ ਗਵਾਹੀ ਦੇਊਗਾ ਕੌਣ ਕਿੱਥੋਂ ਲੈ ਕੇ ਆਊਗਾ ਇਹ ਤਾਂ ਕਿ ਉਹਨਾਂ ਨੇ ਕੋਈ ਗੱਲ ਹੀ ਨਹੀਂ ਬੰਦਨੀ ਅੱਗੇ ਇਸ ਚੀਜ਼ ਦੀ ਕੋਈ ਮੇਰੇ ਕੋਲ ਪ੍ਰੂਫ ਹੀ ਨਹੀਂ ਹੈਗਾ ਅਗਲਾ ਬੱਚੇ ਨੂੰ ਮਾਰ ਕੇ ਚਲਾ ਜਾਊਗਾ ਕੌਣ ਮਾਰ ਕੇ ਗਿਆ ਜੀ ਕੋਈ ਹੋਰ ਮਾਰ ਕੇ ਚਲਾ ਗਿਆ ਇਹ ਤਾਂ ਮਤਲਬ ਪ੍ਰਸ਼ਾਸਨ ਉਹ ਤੱਕ ਹਰਕਤ 'ਚ ਨਹੀਂ ਆਏਗਾ ਜਦੋਂ ਹਾਲਾਤ ਬਦ ਤੋਂ ਬੱਧਰ ਨਹੀਂ ਹੋ ਜਾਣਗੇ ਜਦੋਂ ਪਾਣੀ ਸਿਰੋਂ ਨਹੀਂ ਮੈਮ ਮੇ ਮੇਰਾ ਜਦੋਂ ਦੀ ਇਹ ਗੱਲ ਹੋਈ ਹੋਈ ਆ ਉਦੋਂ ਦਾ ਮੈਂ ਡਿਪਰੈਸ਼ਨ 'ਚ ਹੈਗਾ ਇੱਥੇ ਹੈਗਾ ਆਪਣਾ ਹਸਪੀਟਲ ਹੈਗਾ ਜਿੱਥੇ ਮੇਰਾ ਅੱਜ ਵੀ ਇਲਾਜ ਚੱਲਦਾ ਪਿਆ ਹੈਗਾ ਅੱਜ 9 ਮਹੀਨੇ ਹੋ ਚੁੱਕੇ ਆ 8-9 ਮਹੀਨੇ ਹੋ ਚੁੱਕੇ ਆ ਮੇਰਾ ਡਿਪਰੈਸ਼ਨ ਦਾ ਪ੍ਰੋਪਰ ਇਲਾਜ ਚੱਲ ਰਿਹਾ ਮੇਰੀ ਰੈਗੂਲਰ ਦਵਾਈਆਂ ਚਲਦੀਆਂ ਪਈਆਂ ਕਿਉਂਕਿ ਮੈਨੂੰ ਇਹ ਰੈਗੂਲਰੀ ਮੈਨੂੰ ਟੌਰਚਰ ਕਰਦੇ ਪਿਆ ਮੈਂ ਜਾ ਕੇ ਪੁਲਿਸ ਚੋਂ ਕਿ ਜੇ ਦੱਸਦਾ ਉਹ ਕਹਿੰਦੇ ਪ੍ਰੂਫ ਲੈ ਕੇ ਆਓ ਕੀ ਹੈਗਾ ਤੁਹਾਡੇ ਕੋਲ ਪ੍ਰੂਫ ਅਸੀਂ ਕਿੰਦੇ ਤੇ ਕਾਰਵਾਈ ਕਰੀਏ ਉਹਨੂੰ ਜਿਹਨੂੰ ਜਿਸ ਬੰਦੇ ਨੇ ਜਿਸ ਬੰਦੇ ਨੂੰ ਛੱਡਿਆ ਆ ਵਾ कोर्ट ਵਾਲਾ ਬੋਲਿਆ ਉਹਨੂੰ ਇੰਟਰਮ ਮਿਲੀ ਹੋਈ ਆ ਉਹ ਇੰਟਰਮ ਉਹ ਇੰਟਰਮ ਦਾ ਨਜਾਇਜ਼ ਫਾਇਦਾ ਉਠਾ ਰਿਆ ਉਹ ਸਾਨੂੰ ਤੇ ਮੇਰੇ ਬੱਚੇ ਨੂੰ ਟੌਰਚਰ ਕਰ ਰਿਹਾ ਕਿ ਕੇਸ ਨੂੰ ਵਾਪਸ ਲਓ ਮੈਂ ਕਿਉਂ ਵਾਪਸ ਲਵਾਂ ਆਪਣੇ ਬੱਚੇ ਦਾ ਕੇਸ ਕਿਉਂ ਮੈਂ ਆਪਣੇ ਬੱਚੇ ਨੂੰ ਇਨਸਾਫ ਨਹੀਂ ਦਿਵਾ ਸਕਦਾ ਕਿਉਂ ਨਹੀਂ ਦਿਵਾ ਸਕਦਾ ਆਪਣੇ ਬੱਚੇ ਨੂੰ ਮੇਰੇ ਬੱਚੇ ਨਾਲ ਜੋ ਗਲਤ ਹੋਇਆ 10 ਸਾਲ ਦੀ ਬੱਚੀ ਆ ਉਹਦੇ ਨਾਲ ਗਲਤ ਹੋਇਆ ਮੈਂ ਆਪਣੇ ਬੱਚੇ ਨੂੰ ਇਨਸਾਫ ਦਿਵਾਏ ਬਗਾਰ ਨਹੀਂ ਦੇ ਸਕਦਾ ਅਗਰ ਮੇਰੇ ਨਾਲ ਮੈਨੂੰ ਇਨਸਾਫ ਨਹੀਂ ਦਿੱਤਾ ਗਿਆ ਤਾਂ ਮੈਨੂੰ ਮਾਰ ਤੂਗੇ ਮੇਰੀ ਮੇਰੀ ਬੱਚੀ ਨਾਲ ਜੋ ਕੁਝ ਹੋ ਰਿਹਾ ਜੋ ਮੇਰੇ ਨਾਲ ਹੋ ਰਿਹਾ ਹੈਗਾ ਵਾ ਪ੍ਰਮਾਤਮਾ ਕਰੇ ਕਿਸੇ ਨਾਲ ਨਾ ਹੋਵੇ ਕਿਉਂਕਿ ਮੇਰੀ ਬੱਚੀ ਨਾਲ ਜੋ ਹੋ ਚੁੱਕਾ ਹੈ ਜੋ ਹੁਣ ਹੋ ਰਿਹਾ ਹੈਗਾ ਵਾ ਜੋ ਮੇਰੇ ਨਾਲ ਕਰਦੇ ਪਏ ਹੈਗੇ ਆ ਕੋਈ ਵੀ ਪੁਲਿਸ ਦਾ ਕੋਈ ਵੀ ਮੁਲਾਜ਼ਮ ਮੇਰੇ ਸਾਡੀ ਕੋਈ ਮਦਦ ਨਹੀਂ ਕਰਦਾ ਪਿਆ ਕੋਈ ਵੀ ਕੁਝ ਨਹੀਂ ਕਰਦਾ ਪਿਆ ਇਥੋਂ ਤੱਕ ਕਿ ਕੋਰਟ ਨੇ ਵੀ ਉਸ ਬੰਦੇ ਨੂੰ ਛੱਡਿਆ ਹੋਇਆ ਵਾ ਜੋ ਮੈਨੂੰ ਮੇਰੇ ਬੱਚੇ ਨੂੰ ਤੰਗ ਕਰਦਾ ਪਿਆ ਸੋ ਕਿ ਉਹਨੂੰ ਉਹਨੂੰ ਫੜਨਾ ਚਾਹੀਦਾ ਉਹਨੂੰ ਅੰਦਰ ਕਰਨਾ ਅੰਦਰ ਵਾਰਨਾ ਚਾਹੀਦਾ ਵਾ ਕਰਨਾ ਚਾਹੀਦਾ ਵਾ ਜਿਨੇ ਇਹਨੇ ਕੋਈ ਕਰਮ ਕੀਤਾ ਹੈਗਾ ਵਾ ਕੀ ਲੱਗਦਾ ਹੈ ਕਿ ਜਿਹੜਾ ਵਿਅਕਤੀ ਤੁਹਾਡੀ ਨਜ਼ਰਾਂ ਦੇ ਵਿੱਚ ਦੋਸ਼ੀ ਹੈ ਉਹ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਦੋਸ਼ੀ ਕਿਉਂ ਸਾਬਤ ਨਹੀਂ ਹੋ ਰਿਹਾ ਮੈਮ ਸਭ ਪੈਸਾ ਚੱਲਦਾ ਮਹਿੰਗੇ ਵਕੀਲ ਕਰ ਲੋ ਗਵਾਹਾਂ ਨੂੰ ਖਰੀਦ ਲੋ ਲੋਕਾਂ ਨੂੰ ਜਿਹੜਾ ਐਡਵੋਕੇਟ ਤੱਕ ਨੂੰ ਖਰੀਦ ਲੋ ਕੰਮ ਹੀ ਨਹੀਂ ਕੋਈ ਕਰਦਾ ਅੰਦਰ ਇਸ ਚੀਜ਼ ਦਾ ਪੈਸਾ ਹੈ ਤੁਸੀਂ ਜੋ ਮਰਜ਼ੀ ਕਰ ਲੋ ਸਭ ਕੁਝ ਹੈਂਡਲ ਹੋ ਜਾਂਦਾ ਹੈ ਸਭ ਕੁਝ ਸਹੀ ਹੋ ਜਾਂਦਾ ਹੈਗਾ ਵਾ ਉਹੀ ਚੀਜ਼ ਮੇਰੇ ਨਾਲ ਹੋ ਰਹੀ ਹੈ ਤੁਹਾਡੀ ਬੱਚੀ ਦੀ ਸੇਫਟੀ ਦਾ ਕੀ ਜ਼ਿੰਮਾ ਲੈ ਐ ਪ੍ਰਸ਼ਾਸਨ ਨੇ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਅਪਰੋਚ ਕੀਤਾ ਹੈ ਕੰਪਲੇਨ ਤੁਸੀਂ ਲਿਖਵਾ ਚੁੱਕੇ ਹੋ ਸਾਰੀ ਗੱਲ ਦੱਸ ਦਿੱਤੀ ਹੈ ਕਿ ਬੱਚੀ ਦੇ ਨਾਲ ਕੀ ਹੋਇਆ ਮੈਂ ਕਮਿਸ਼ਨਰ ਆਫਿਸ 'ਚ ਮੈਂ ਗਿਆ ਵਾਂ ਕਿ ਮੈਨੂੰ ਪੁਲਿਸ ਵਾਲੇ ਵੀ ਤੰਗ ਕਰ ਰਹੇ ਆ ਕਿ ਪੁਲਿਸ ਵਾਲੇ ਮੇਰੀ ਸੁਣਵਾਈ ਨਹੀਂ ਕਰ ਰਹੇ ਨਾ ਮੈਨੂੰ ਤੰਗ ਕਰ ਰਹੇ ਹੈਗੇ ਆ ਕਿ ਮੈਂ ਜੋ ਵੀ ਕੰਪਲੇਨ ਲੈ ਕੇ ਜਾਂਦਾ ਮੇਰੀ ਕੰਪਲੇਨ ਤੇ ਕੋਈ ਕਾਰਵਾਈ ਨਹੀਂ ਕਰਦੇ ਪਏ ਮੈਂ ਜੋ ਵੀ ਕਹਿਣਾ ਹੈਗਾ ਵਾਂ ਉਹਦੇ ਤੇ ਮੈਨੂੰ ਪੂਰਾ ਪੂਰਾ ਦਿਨ ਬਿਠਾ ਕੇ ਰੱਖਦੇ ਹੈਗੇ ਆ ਜੋ ਕੰਪਲੇਨ ਲੈਣਾ ਸਵੇਰੇ ਬਿਠਾ ਕੇ ਰੱਖਦੇ ਸ਼ਾਮੀ ਛ ਤੇ ਮੈਨੂੰ ਮੈਨੂੰ ਪੁਛਤਾਚ ਵਾਸਤੇ ਮੈਨੂੰ ਬਿਠਾ ਕੇ ਰੱਖਦੇ ਤੇਰੇ ਕੀ ਹੋਇਆ ਸੀ ਕੀ ਹੋਇਆ ਸੀ ਕਿਦਾਂ ਹੋਇਆ ਸੀਗਾ ਮੈਨੂੰ ਇਦਾਂ ਲੱਗਦਾ ਹੈਗਾ ਵਾ ਕਿ ਮੈਨੂੰ ਮੁਜਰਮ ਸਾਬਿਤ ਕਰਨਾ ਚਾਹੁੰਦੇ ਪਏ ਮੈਨੂੰ ਤੰਗ ਕਰਦੇ ਪਏ ਪੁਲਿਸ ਵਾਲੇ ਇਸ ਚੀਜ਼ੇ ਮੇ ਕਮਿਸ਼ਨਰ ਨੇ ਵੀ ਰਿਪੋਰਟ ਲਿਖਾਈ ਸੀਗੀ ਬੱਚੀ ਦਾ ਬਿਆਨ ਲਿਆ ਸੀ ਪੁਲਿਸ ਮੁਲਾਜ਼ਮਾਂ ਨੇ ਬਿਲਕੁਲ ਪੱਚੀ ਤਾਂ ਉਹਨਾਂ ਨੇ ਬਿਆਨ ਲਿੱਤਾ ਸੀਗਾ ਮਗਰ ਉਹਨਾਂ ਨੇ ਪੂਰੇ ਬਿਆਨ ਦੀ ਐਫ ਆਰ ਨਹੀਂ ਕੱਟੀ ਸਿਰਫ ਆ ਬਿਆਨ ਦੀ ਕਾਪੀ ਕੱਟੀ ਕਿ ਛੇੜਛਾੜ ਹੋਈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਉਹਨਾਂ ਨੂੰ ਉਹਨਾਂ ਨੂੰ ਕੋਈ ਪ੍ਰੈਸ਼ਰ ਵਿੱਚ ਨਾ ਆਏ ਉਹਨਾਂ ਨੂੰ ਕੁਝ ਪ੍ਰੈਸ਼ਰ ਚਾ ਕੇ ਉਹਨਾਂ ਨੇ ਸਭ ਕੁਝ ਕੰਮ ਕੀਤਾ ਹੋਇਆ ਇਸ ਚੀਜ਼ ਦਾ ਜਦੋਂ ਤੁਸੀਂ ਬੱਚੀ ਸਵੇਰੇ ਕੰਮ ਤੇ ਜਾਣੇ ਹੋ ਸ਼ਾਮ ਨੂੰ ਵਾਪਸ ਆਣੇ ਹੋ ਤਾਂ ਜਿਹੜੀ ਗੱਲ ਬੱਚੀ ਨੇ ਆਪਣੇ ਮਾਮੇ ਅੱਗੇ ਕਬੂਲ ਕੀਤੀ ਹੈ ਉਹ ਤੁਹਾਡੇ ਅੱਗੇ ਕਿਉਂ ਨਹੀਂ ਉਸ ਵੇਲੇ ਕਬੂਲ ਕੀਤੀ ਜਾਂ ਤੁਸੀਂ ਤੁਹਾਨੂੰ ਅੰਦਾਜ਼ਾ ਹੀ ਨਹੀਂ ਹੋਇਆ ਕਿ ਬੱਚੀ ਦੇ ਨਾਲ ਇਹਨਾਂ ਗਲਤ ਹੋ ਰਿਹਾ ਮੈਂ 11 ਅਕਤੂਬਰ ਤੱਕ ਤਾਂ ਮਦਰ ਬੱਚੀ ਮਦਰ ਦੇ ਅੰਡਰ ਚ ਸੀਗੀ ਮੈਂ ਸਵੇਰੇ 10 ਵਜੇ ਸ਼ਾਪ ਤੇ ਜਾਣਾ ਤੇ ਰਾਤ ਨੂੰ 10 ਵਜੇ ਵਾਪਸ ਆਣਾ ਹੈ ਕਵਾਂ 12 ਘੰਟੇ ਸ਼ੌਪਤ ਵਿੱਚ 2 ਘੰਟੇ ਆ ਕੇ ਲੰਚ ਵਗੈਰਾ ਕਰਦਾ ਵਾਂ ਬੱਚੇ ਨਾਲ ਇਹਨਾਂ ਅਟੈਚਮੈਂਟ ਹੀ ਨਹੀਂ ਹੁੰਦੀ ਬਾਕੀ ਦੇ ਬੱਚਾ ਜੋ ਸਵੇਰੇ 7 6:30 ਵਜੇ ਸਕੂਲ ਜਾਂਦਾ ਹੈਗਾ ਵਾ ਦੁਪਹਿਰੇ 3 ਵਜੇ ਵਾਪਸ ਆਂਦਾ ਉਸ ਤੋਂ ਬਾਅਦ 4 ਵਜੇ ਟਿਊਸ਼ਨ ਤੇ ਜਾਂਦਾ ਹੈ 7 ਵਜੇ ਵਾਪਸ ਆਂਦਾ ਹੈ 8-9 ਵਜੇ ਤੱਕ ਸੋ ਜਾਂਦਾ ਹੈਗਾ ਵਾ ਕੋਈ ਨਾ ਮੇਰੇ ਨਾਲ ਹੋ ਪਾਂਦੀ ਚ ਗੱਲ ਹੋ ਪਾਂਦੀ ਹੈ ਤੇ ਨਾ ਹੀ ਕਿਸੇ ਹੋਰ ਨਾਲ ਹੋ ਪਾਂਦੀ ਹੈਗੀ ਹੈ ਉਹੀ ਚੀਜ਼ ਹੈ ਬੱਚੇ ਦਾ ਸ਼ਡਿਊਲ ਬਿਜ਼ੀ ਹੈ ਮੇਰਾ ਬੱਚੇ ਮੇਰੀ ਮਦਰ ਉਸ ਵੇਲੇ ਕਰੇ ਪ੍ਰੈਜ਼ెంట్ ਨਹੀਂ ਸੀ ਜਦੋਂ ਵਿਅਕਤੀ ਕਰੇ ਆਉਂਦਾ ਸੀ ਬੱਚੇ ਦੇ ਨਾਲ ਮੇਰੀ ਮਦਰ ਜਿਹੜਾ ਸੀ ਮੇਰੀ ਸਿਸਟਰ ਹੈਗੇ ਦੁਬਈ ਦੇ ਵਿੱਚ ਉਹਨਾਂ ਕੋ ਗਏ ਹੋਏ ਸੀਗੇ 3 ਮਹੀਨੇ ਦਾ ਉਹਨਾਂ ਨੂੰ ਟੂਰਿਸਟ ਵੀਜ਼ਾ ਮਿਲਿਆ ਸੀਗਾ 3 ਮਹੀਨੇ ਵਾਸਤੇ ਉਹ ਗਏ ਸੀਗੇ ਮਤਲਬ ਉਹਨਾਂ ਦੀ ਐਬਸੈਂਸ ਵਿੱਚ ਸਾਰਾ ਵਿੱਚ ਉਹ 3 ਮਹੀਨੇ ਦੇ ਵਿੱਚ ਵਿੱਚ ਉਹ ਆ ਰੈਗੂਲਰ ਘਰ ਦੇ ਵਿੱਚ ਆਂਦਾ ਸੀਗਾ ਮਗਰ ਇਹ ਕਿ 3 ਮਹੀਨੇ ਤੋਂ ਬਾਅਦ ਵੀ ਜਦ ਪਹਿਲਾਂ ਵੀ ਉਹ ਬਾਹਰ ਬੱਚੇ ਨੂੰ ਲੈ ਜਾਂਦੇ ਸੀਗੇ ਤੇ ਬਾਹਰ ਬੱਚੇ ਕਿਤੇ ਹੋਟਲ ਵਿੱਚ ਕਿਤੇ ਰੈਸਟੋਰੈਂਟ ਵਿੱਚ ਉਹਨਾਂ ਨੂੰ ਮਿਲਦੇ ਸੀਗੇ ਮਤਲਬ ਬਾਅਦ ਵਿੱਚ ਸਾਰਾ ਕੁਝ ਬੱਚੀ ਨੇ ਦੱਸਿਆ ਜਦੋਂ ਉਹਨੂੰ ਕਿੱਥੇ ਕਿੱਥੇ ਜਾਂਦੇ ਸੀ ਕਦੋਂ-ਕਦੋਂ ਮਿਲਦੇ ਬੱਚੀ ਨੇ ਦੱਸਿਆ ਹੈਗਾ ਵਾ ਕਿ ਮਮਾ ਇਧਰ ਲੈ ਕੇ ਜਾਂਦੇ تھے ਮਮਾ ਉਧਰ ਲੈ ਕੇ ਜਾਂਦੇ تھے ਮੇਰੇ ਕੋ ਕਿਸੇ ਫਰੈਂਡ ਦੇ ਘਰ ਛੋੜ ਦਿੰਦੇ تھے ਮੇਰੇ ਕੋ ਅੰਦਰ ਲੋਕ ਲਗਾ ਕੇ ਚਲੇ ਜਾਂਦੇ تھے ਮੇਰੇ ਕੋ ਕਿਸੇ ਆਪਣੇ ਆਪਣੀ ਫਰੈਂਡ ਦੇ ਪਾਸ ਛੋੜ ਦਿੰਦੇ تھے ਉਹਨਾਂ ਨੇ ਇਹ ਬਤਾਇਆ ਤੇ ਉਹ ਵਿਅਕਤੀ ਨਾਲ ਹੁੰਦਾ ਸੀ ਉਹ ਵਿਅਕਤੀ ਨਾਲ ਹੁੰਦਾ ਸੀਗਾ ਇਸ ਵੇਲੇ ਬੱਚੀ ਦੀ ਹਾਲਤ ਕੀ ਹੈ ਠੀਕ ਹੈ ਮੈਮ ਬੱਚੀ ਜੋ ਪਹਿਲਾਂ ਸੀਗੀ ਖੀੜ ਦੀ ਖੁਰਦੀ ਸੀ ਮੁਸਕਰਾਉਂਦੀ ਸੀਗੀ ਉਹ ਮੁਸਕਰਾਹਟ ਖਤਮ ਹੋ ਚੁੱਕੀ ਹੈ ਬੱਚੀ ਹੁਣ ਇਸ ਤਰ੍ਹਾਂ ਹੈਗੀ ਹੈ ਕਿ ਸੈਮੀ ਹੋਈ ਹੋਈ ਹੈ ਕਿ ਉਹਦੇ ਮਨੋ ਦਿਮਾਗ ਵਿੱਚ ਇਹ ਘੁੰਮ ਰਿਹਾ ਹੈਗਾ ਕਿ ਮੇਰੇ ਮੇਰੇ ਨਾਲ ਗਲਤ ਹੋਇਆ ਹੈ ਕੁਝ ਇਹ ਇੱਕ ਇੱਕ ਚੀਜ਼ਾਂ ਆਉਣ ਤੋਂ ਬਾਅਦ ਉਹਨੂੰ ਪਤਾ ਚੱਲਿਆ ਇਸ ਚੀਜ਼ ਦਾ ਕਿ ਮੇਰੇ ਨਾਲ ਕੁਝ ਗਲਤ ਹੋਇਆ ਕਿਉਂ ਗਲਤ ਹੋਇਆ ਮੇਰੀ ਮਾਂ ਮਦਰ ਨੇ ਕਿਉਂ ਕੀਤਾ ਇਸ ਚੀਜ਼ ਦਾ ਕੀ ਕਦੀ ਪੁੱਛਦੀ ਨਹੀਂ ਹੈ ਕਿ ਮਦਰ ਕਿੱਥੇ ਹੈ ਕਿਉਂ ਨਹੀਂ ਜੀ ਨਹੀਂ ਮਦਰ ਬਾਰੇ ਉਹਨੂੰ ਜਿਸ ਤਰ੍ਹਾਂ ਜਦੋਂ ਦਾ ਇਸ ਚੀਜ਼ ਬਾਰੇ ਪਤਾ ਚੱਲਿਆ ਉਸ ਮਦਰ ਬਾਰੇ ਨਹੀਂ ਗੱਲ ਕਰਦੀ ਹੈਗੀ ਸਾਰੀ ਸਮਝ ਆ ਉਹਨੂੰ ਕਿ ਕੀ ਹੋਇਆ ਹੈ ਇਹ ਉਸ ਤੋਂ ਬਾਅਦ ਉਹਨੂੰ ਸਾਰੀ ਸਮਝ ਆ ਕਿ ਮੇਰੇ ਕੋ ਬੈਡ ਟੱਚ ਕਰਦੇ ਸੀ ਮਮ ਮਦਰ ਨੇ ਨਹੀਂ ਕੁਝ ਕੀਤਾ ਤੇ ਮੈਂ ਉਹਨੂੰ ਅ ਅੱਜ ਕੱਲ ਜਨਰੇਸ਼ਨ ਹੈ ਮੇਦੀ ਕਿ ਬੱਚਿਆਂ ਨੂੰ ਬਾਰੇ ਸਭ ਕੁਝ ਪਤਾ ਆਏਗਾ ਵਾ ਕੀ ਹੁੰਦਾ ਹੈਗਾ ਵਾ ਬੱਚਿਆਂ ਤੱਕ ਨੂੰ ਸਾਰਿਆਂ ਨੂੰ ਟੀਵੀ ਤੇ ਨਿਊਜ਼ ਵਗੈਰਾ ਤੇ ਇਹ ਚੀਜ਼ਾਂ ਦਾ ਸਾਰੇ ਬਾਰੇ ਪਤਾ ਉਸ ਚੀਜ਼ਾਂ ਉਹਨਾਂ ਨੂੰ ਸਕੂਲ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਦੋਂ ਇਸ ਤਰ੍ਹਾਂ ਕੋਈ ਟੱਚ ਕਰੇ ਤਾਂ ਪੇਰੈਂਟਸ ਨੂੰ ਹਾਂਜੀ ਹਾਂਜੀ ਬਿਲਕੁਲ ਹੈ ਉਹਨਾਂ ਨੂੰ ਸਭ ਕੁਝ ਪਤਾ ਹੈਗਾ ਵਾ ਉਹਨੂੰ ਇਸ ਚੀਜ਼ ਦਾ ਪਤਾ ਹੈ ਕਿ ਮੇਰੀ ਮਦਰ ਨੇ ਮੇਰ ਨਾਲ ਗਲਤ ਕੀਤਾ ਹੈਗਾ ਵਾ ਉਹਨੂੰ ਇਸ ਚੀਜ਼ ਦਾ ਪੂਰਾ ਪੂਰਾ ਪਤਾ ਹੈ ਕਿੰਨੇ ਮਹੀਨੇ ਬੀਤ ਗਏ ਨੇ ਕਿ ਕਾਰਵਾਈ ਲਟਕ ਰਹੀ ਹੈ ਕਿੰਨੇ ਮਹੀਨੇ ਤੋਂ ਐਫਆਈਆਰ ਨਹੀਂ ਹੋਈ ਮੈਮ ਜਨਵਰੀ ਦੇ ਜਨਵਰੀ ਵਿੱਚ ਬੱਚੇ ਦਾ ਮੈਡੀਕਲ ਹੋਇਆ ਸੀ 23 ਜਨਵਰੀ ਨੂੰ ਮੈਡੀਕਲ ਹੋਇਆ ਸੀਗਾ ਤੇ ਇਹਨਾਂ ਦੁਆਰਾ ਐਫ ਆਈ ਆਰ ਜਿਹੜੀ ਹੋਈ ਹੈ 18 ਫਰਵਰੀ ਨੂੰ ਹੋਈ ਹੈ ਅੱਜ 18 ਫਰਵਰੀ ਤੋਂ ਲੈ ਕੇ ਹੁਣ ਅੱਜ ਟਿਲ ਡੇਟ ਤੱਕ ਇਹਨਾਂ ਦੁਆਰਾ ਕੋਈ ਵੀ ਚਾਰਜ ਸ਼ੀਟ ਨਹੀਂ ਦਾਖਲ ਕੀਤੀ ਗਈ ਆ ਜਦੋਂ ਤੱਕ ਕੋਰਟ ਚ ਕੇਸ ਨਹੀਂ ਜਾਊਗਾ ਉਦੋਂ ਤੱਕ ਕੋਈ ਵੀ ਨਿਆਂ ਨਹੀਂ ਮੈਨੂੰ ਮਿਲ ਪਾਊਗਾ ਉਹਨਾਂ ਦੁਆਰਾ ਮੈਨੂੰ ਤੰਗ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਉਹਦੋਂ ਤੱਕ ਪਰੇਸ਼ਾਨ ਕੀਤਾ ਜਾਊਗਾ ਮਗਰ ਪੁਲਿਸ ਵੱਲੋਂ ਦੀ ਇੰਨੀ ਇੰਨੀ ਦੇਰ ਬਾਅਦ ਅਜੇ ਤੱਕ ਕੋਈ ਵੀ ਕੋਰਟ ਦੇ ਵਿੱਚ ਚਲਾਨ ਨਹੀਂ ਪੇਸ਼ ਕੀਤਾ ਗਿਆ ਕੋਈ ਵੀ ਉਹਨਾਂ ਲੋਕ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਉਸ ਡਾਕਟਰ ਦੇ ਖਿਲਾਫ ਕੀਤੀ ਗਈ ਜਨਾ ਜਿਹਨੇ ਜਿਹੜੇ ਬੱਚੇ ਦਾ ਇਲਾਜ ਕੀਤਾ ਸੀ ਇਹ ਹੋਰ ਕੋਈ ਨਹੀਂ ਹੈਗਾ ਆਕਾਸ਼ ਗੁਇਲ ਦੀ ਜਿਹੜੀ ਰੀਅਲ ਸਿਸਟਰ ਆ ਉਹ ਖੁਦ ਡਾਕਟਰ ਆ ਉਹਦਾ ਹਸਬੰਡ ਡਾਕਟਰ ਆ ਜੋ ਚੰਡੀਗੜ੍ਹ ਰਹਿੰਦੇ ਆ ਉਹ ਇਹਨਾਂ ਨੇ ਬੱਚੇ ਉਹਨਾਂ ਨੇ ਆ ਕੇ ਬੱਚੇ ਦਾ ਇਲਾਜ ਕੀਤਾ ਸੀਗਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਨਾ ਉਸ ਮਦਰ ਤੇ ਕੋਈ ਕਾਰਵਾਈ ਇਲਾਜ ਜਦੋਂ ਹੋ ਰਿਹਾ ਸੀ ਤੁਸੀਂ ਕਿੱਥੇ ਸੀ ਉਸ ਮਦਰ ਮੈਂ ਮੈਂ ਇਸੇ ਇੱਥੇ ਸੀਗਾ ਮੈਨੂੰ ਪਤਾ ਮੈਨੂੰ ਮਦਰ ਨੇ ਕਿਹਾ ਸੀਗਾ ਮੇਰੀ ਫਰੈਂਡ ਆਈ ਹੋਈ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਹੈ ਬੱਚੇ ਨੂੰ ਪੀਰੀਅਡਸ ਆਏ ਹੋ ਉਹਨੂੰ ਕੋਈ ਕੋਈ ਗੱਲ ਨਹੀਂ ਉਹ ਤਾਂ ਵੈਸੇ ਆਏ ਹੋ ਇਹ ਮਿਲਣ ਵਾਸਤੇ ਆਇਆ ਸੀਗੇ ਮਗਰ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਉਹ ਜੋ ਜਿਸ ਬੰਦੇ ਨੇ ਕੀਤਾ ਉਹਦੀ ਰੀਅਲ ਸਿਸਟਰ ਹੈਗੀ ਆ ਉਹ ਉਹਦਾ ਇਲਾਜ ਕਰ ਰਹੀ ਹੈ ਅਗਰ ਜੇ ਉਸ ਸਮੇਂ ਮਤਲਬ ਉਸੇ ਵੇਲੇ ਗੱਲ ਰਫਾ ਦਫਾ ਅਗਰ ਅਗਰ ਉਸ ਸਮੇਂ ਜੇ ਬੱਚੇ ਦਾ ਇਲਾਜ ਕੋਈ ਨਾਰਮਲ ਡਾਕਟਰ ਜਾਂ ਨਾਰਮਲ ਹਸਪੀਟਲ ਦੇ ਵਿੱਚ ਹੋਇਆ ਹੁੰਦਾ ਜਾਂ ਦਿਖਾਇਆ ਗਿਆ ਹੁੰਦਾ ਤਾਂ ਪਤਾ ਚਲ ਜਾਂਦਾ ਤੇ ਬੱਚੇ ਨਾਲ ਕੀ ਹੋਇਆ ਵਾ ਇਹ ਕਹਾਣੀ ਉਸੇ ਟਾਈਮ ਉਸੇ ਟਾਈਮ ਇਸ ਕੇਸ ਨੂੰ ਉਸਪਾ ਐਕਸਪੋਜ਼ ਹੋ ਜਾਣਾ ਸੀਗਾ ਮਗਰ ਇਸ ਚੀਜ਼ ਵਿੱਚ ਜਿਹੜੀ ਉਸ ਦੇ ਆਕਾਸ਼ ਕੋਲ ਦੀ ਜਿਹੜੀ ਰੀਅਲ ਸਿਸਟਰ ਆ ਉਹਨਾਂ ਨੇ ਵਿੱਚ ਆ ਕੇ ਬੱਚੇ ਦਾ ਪੂਰਾ ਮੈਡੀਕਲ ਕਰਵਾਇਆ ਪੂਰਾ ਮੈਡੀਕਲ ਕੀਤਾ ਮੈਡੀਕਲ ਤੇ ਉਹਨਾਂ ਨੇ ਪੂਰਾ ਉਹਨਾਂ ਦਾ ਇਲਾਜ ਕੀਤਾ ਬੱਚੇ ਦਾ ਤੇ ਉਹਨੂੰ ਠੀਕ ਕੀਤਾ ਇਹ ਬਹੁਤ ਗਲਤ ਬਾਤ ਆ ਉਹਨਾਂ ਦੋਨਾਂ ਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਜਿਨ੍ਹਾਂ ਨੇ ਬੱਚੇ ਨੂੰ ਬੱਚੇ ਦਾ ਇਲਾਜ ਕੀਤਾ ਹੈਗਾ ਵਾ ਤੇ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਕਿਉਂਕਿ ਇਹ ਕੰਮ ਉਸੇ ਟਾਈਮ ਪੂਰਾ ਹੋ ਜਾਣਾ ਚਾਹੀਦਾ ਸੀਗਾ ਉਸੇ ਟਾਈਮ ਇਸ ਚੀਜ਼ ਦਾ ਪੂਰਾ ਐਕਸਪੋਜ਼ ਹੋ ਜਾਣਾ ਚਾਹੀਦਾ ਸੀਗਾ ਕਿ ਬੱਚੇ ਨਾਲ ਗਲਤ ਹੋਇਆ ਵਾ ਨਾ ਕਿ 1 ਸਾਲ ਲੱਗਦਾ ਮੇਰੇ ਵੱਲੋਂ ਦੀ ਹਜੇ ਤੱਕ ਨਾ ਤਾਂ ਕਵਿਤਾ ਮਲੋਤਰਾ ਨੂੰ ਨਾ ਆਕਾਸ਼ ਗੁਇਲ ਨੂੰ ਤੇ ਨਾ ਹੀ ਗੀਤਿਕਾ ਜਿੰਦਲ ਜੋ ਕਿ ਚੰਡੀਗੜ੍ਹ ਚ ਆਪਣੇ ਹਸਬੰਡ ਡਾਕਟਰ ਜਿੰਦਲ ਹੈਗੇ ਆ ਉਹਨਾਂ ਨਾਲ ਰਹਿ ਰਹੇ ਆ ਤੇ ਇਹ ਮੇਰੀ ਰਿਕੁਐਸਟ ਆ ਪ੍ਰਸ਼ਾਸਨ ਅੱਗੇ ਕਿ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਤਾਂ ਜੋ ਮੈਨੂੰ ਜੋ ਤੰਗ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਉਹ ਖਤਮ ਹੋਇਆ ਹੋ ਸਕੇ ਬੇਲ ਦਾ ਮਿਲ ਬੇਲ ਮਿਲਣਾ ਇਹ ਨਹੀਂ ਹੁੰਦਾ ਕਿ ਤੁਸੀਂ ਮੈਨੂੰ ਤੰਗ ਕਰੋ ਬੱਚੇ ਨੂੰ ਤੰਗ ਕਰੋ ਮਤਲਬ ਉਹ ਵਿਅਕਤੀ ਨੂੰ ਕਾ ਜਿੰਦਲ ਨੂੰ ਬੇਲ ਮਿਲ ਚੁੱਕੀ ਹੈ ਅ ਇੰਟਰਮ ਮਿਲੀ ਹੋਈ ਹੈ ਜੀ ਹਜੇ ਤੱਕ ਕੇਸ ਚੱਲ ਰਿਹਾ ਹਾਈ ਕੋਰਟ ਦੇ ਵਿੱਚ ਆਪਣੇ ਉਹਨਾਂ ਨੇ ਇੰਟਰਮ ਰੀਲੀਫ ਦਿੱਤੀ ਸੀਗੀ ਕੱਚੀ ਬੇਲ ਜਿਹਨੂੰ ਕਹਿੰਦੇ ਹੈਗੇ ਆ ਕੱਚੀ ਬੇਲ ਦਿੱਤੀ ਸੀਗੀ ਪੱਕੀ ਬੇਲ ਨੂੰ ਹਜੇ ਤੱਕ ਹਜੇ ਤੱਕ ਕੇਸ ਚੱਲ ਰਿਹਾ ਹੈ ਹਜੇ ਉਹਦੀ ਤਰੀਖ ਹੈਗੀ 14 ਅਕਤੂਬਰ ਹੈਗੀ ਆ ਤਾਂ ਉਸ ਵੇਖ ਸਕਦੇ ਆ ਫੈਸਲਾ ਹੋਊਗਾ ਕਿ ਉਹਨੂੰ ਬੇਲ ਮਿਲਣੀ ਹੈ ਜਾਂ ਨਹੀਂ ਮਿਲਣੀ ਆ ਜਾਂ ਇੰਟਰਮ ਨੂੰ ਪੱਕੀ ਤੌਰ ਤੇ ਰਿਲੀਫ ਦੇ ਦਿੰਦੇ ਹੈਗੇ ਆ ਮਗਰ ਜੇ ਇਸ ਤਰ੍ਹਾਂ ਉਹਨੂੰ ਬੇਲ ਮਿਲ ਗਈ ਬਾਕੀ ਸੇ ਬੱਚੇ ਨੂੰ ਤੰਗ ਕੀਤਾ ਜਾ ਰਿਹਾ ਹੈਗਾ ਵਾ ਇਹ ਗਲਤ ਆ ਇਹ ਕੋਈ ਨਾਰਮਲ ਕੇਸ ਨਹੀਂ ਹੈਗਾ ਜਾਂ ਕੋਈ ਕਹਿ ਸਕਦੇ ਮਾਰਕੁਟਾਈ ਦਾ ਕੇਸ ਨਹੀਂ ਆ ਇਹ ਕੇਸ ਇੱਕ ਬੱਚੀ ਦਾ ਜਿਹਨੂੰ ਮਾਰ ਵੀ ਸਕਦਾ ਜਾਂ ਮੈਨੂੰ ਵੀ ਮਾਰ ਸਕਦਾ ਹੈਗਾ ਵਾ ਕੋਰਟ ਨੂੰ ਜਾਂ ਪੁਲਿਸ ਨੂੰ ਸਭ ਨੂੰ ਇਹ ਕਰਨਾ ਚਾਹੀਦਾ ਕਿ ਸਾਨੂੰ ਸੇਫ ਕੀਤਾ ਜਾਵੇ ਕਿਉਂਕਿ ਅਸੀਂ ਉਹ ਐਨੇ ਹੈ ਨਹੀਂ ਕਿ ਪਹੁੰਚ ਵਾਲੇ ਜਾਂ ਕੁਝ ਜਿਹਨੂੰ ਕਹਿ ਸਕਦੇ ਸੇਫਟੀ ਵਰਤਨ ਵਾਲੇ ਕਿ ਸਾਨੂੰ ਬਚਾਇਆ ਜਾ ਸਕੇ ਸਾਨੂੰ ਤਾਂ ਮਾਰ ਕੇ ਸੁੱਟ ਜੂਗੇ ਜਿਸ ਜਗ੍ਹਾ ਤੇ ਅਸੀਂ ਰਹਨੇ ਆ ਉਹ ਸੁਨਸਾਨ ਏਰੀਆ ਹੈਗਾ ਵਾ ਕਿਸੇ ਟਾਈਮ ਵੀ ਕੋਈ ਵਾਰਦਾਤ ਹੋ ਸਕਦੀ ਆ ਆ ਦੋ ਦਿਨ ਪਹਿਲਾਂ ਦੀ ਗੱਲ ਹੈ ਆ ਇੱਕ ਨਾਮਾ ਆਕਾਸ਼ ਕੋਇਲ ਉਹਦੇ ਦੋ ਕਵਿਤਾ ਮਲੋਤਰਾ ਤੇ ਤਿੰਨ ਬੰਦੇ ਹੋਰ ਸਾਡੇ ਘਰ ਦੇ ਕੋਲੋਂ ਬੱਚੇ ਨੂੰ ਚੁੱਕਣ ਵਾਸਤੇ ਆਏ ਸੀਗੇ ਮੇਰੇ ਘਰ ਦੇ ਵਿੱਚ ਉਹਨਾਂ ਨੇ ਇੱਕ ਬੰਦੇ ਨੂੰ ਭੇਜਿਆ ਜਿੰਨੇ ਆ ਕੇ ਪਹਿਲਾਂ ਪੁੱਛਿਆ ਕਿ ਬੱਚਾ ਕਿੱਥੇ ਹੈਗਾ ਜਦੋਂ ਮੈਂ ਕਿਹਾ ਕਿ ਬੱਚੇ ਕੋ ਤੁਸੀ ਕੀ ਲੈਣਾ ਦੇਣਾ ਹੈਗਾ ਵਾ ਤੁਸੀਂ ਬੱਚੇ ਨੂੰ ਕੀ ਕਰਨਾ ਚਾਹੁੰਦੇ ਹੋ ਕੀ ਹੁੰਦੇ ਹੈਗਾ ਵਾ ਕਹਿੰਦੇ ਕੋਰਟ ਜੋ ਸਮਨ ਆਇਆ ਸੀ ਸਿਗਨੇਚਰ ਕਰਾਣੇ ਆ ਮੈਂ ਕਿਹਾ ਬੱਚੇ ਨੂੰ ਕੋਈ ਸਿਗਨੇਚਰ ਕਰਾਣੇ ਸਾਡਾ ਕੇਟ ਹਾਈ ਕੋਰਟ ਚ ਚੱਲਦਾ ਪਿਆ ਅਸੀਂ ਕੋਈ ਸਿਗਨੇਚਰ ਸਿਗਨੇਚਰ ਨਹੀਂ ਕਰਨੇ ਹਾਈ ਕੋਰਟ ਚ ਚੱਲ ਰਹੇ ਤੋਂ ਕੇਸ ਉਸ ਤੋਂ ਉੱਥੇ ਜੋ ਕਰਾਂਗੇ ਕਹਿੰਦੇ ਨਹੀਂ ਜੀ ਤੁਸੀਂ ਬੱਚੇ ਨੂੰ ਮਿਲਾਓ ਇਸ ਚੀਜ਼ ਪਿੱਛੇ ਮੇਰੇ ਹੱਤੋਂ ਪਾਈ ਵੀ ਉਹਨਾਂ ਨਾਲ ਹੋਈ ਗਾਲੀ-ਗਲੋਚ ਵੀ ਹੋਈ ਮੈਂ ਇਸ ਚੀਜ਼ ਦੀ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਉਹਨਾਂ ਵੱਲੋਂ ਪੀਸੀਆਰ ਆ ਲੈ ਆਏ ਮਗਰ ਉਹਨਾਂ ਨੇ ਵੀ ਰਫਾ-ਦਫਾ ਕਰਕੇ ਬੰਦੇ ਨੂੰ ਭੇਜ ਦਿੱਤਾ ਮੈਨੂੰ ਬਾਅਦ ਵਿੱਚ ਸੀਸੀ ਮੇਰੇ ਆਪਣੇ ਨੇਬਰਸ ਹੈਗੇ ਉਹਨਾਂ ਦੇ ਸੀਸੀਟੀਵੀ ਕੈਮਰੇ 'ਚ ਮੈਨੂੰ ਪ੍ਰੋਪਰ ਆਇਆ ਵਾ ਕਿ ਉਹ ਬੱਚੇ ਨੂੰ ਗੱਡੀ ਆਈ ਹੈਗੀ ਇਹ ਬੰਦਾ ਜੋ ਆਇਆ ਸੀ ਘਰ ਦੇ ਵਿੱਚ ਉਹ ਉਤਰਿਆ ਤੇ ਉਹ ਉਸ ਸਮੇਂ ਬਾਕੀ ਜੋ ਬੰਦੇ ਸੀਗੇ ਗੱਡੀ ਦੇ ਵਿੱਚ ਬੈਠੇ ਰਹੇ ਤੇ ਉਹਨਾਂ ਦੇ ਘਰ ਦੇ ਬਾਹਰ ਖੜੇ ਰਹੇ ਮੇਰੇ ਕੋਲ ਉਸ ਚੀਜ਼ ਦੀ ਸੀਸੀਟੀਵੀ ਫੁਟੇਜ ਵੀ ਹੈਗੀ ਆ ਮਗਰ ਮੈਨੂੰ ਇਹਨਾਂ ਪਤਾ ਹੈਗਾ ਇਸ ਚੀਜ਼ ਨੂੰ ਵੀ ਦਿਖਾ ਕੇ ਮੈਨੂੰ ਕੋਈ ਕਾਰਵਾਈ ਨਹੀਂ ਕਰੂਗੇ ਕੋਈ ਕਾਰਵਾਈ ਨਹੀਂ ਕਰਨੀ ਉਹਨਾਂ ਨੇ ਮੈਨੂੰ ਬਸ ਇਹੀ ਮੰਗ ਹੈਗੀ ਆ ਕਿ ਜਲਦੋਂ ਜਲਦ ਚਲਾਨ ਪੇਸ਼ ਕੀਤਾ ਜਾਵੇ ਕੋਰਟ ਦੇ ਵਿੱਚ ਕੇਸ ਨੂੰ ਸਟਾਰਟ ਕੀਤਾ ਜਾਵੇ ਕਿਉਂਕਿ 8 ਮਹੀਨੇ ਹੋ ਚੁੱਕੇ ਆ ਆਕਾਸ਼ ਗੁਇਲ ਦੀ ਬੇਲ ਦਾ ਕੋਈ ਮੈਟਰ ਨਹੀਂ ਹੈਗਾ ਉਹ ਬੇਲ ਹਾਈ ਕੋਰਟ ਦੇ ਵਿੱਚ ਚਲਦੀ ਪਈ ਆ ਨਾ ਕਿ ਉਹਨੂੰ ਪਰੂਫ ਹੋ ਰਿਹਾ ਕਿ ਉਹ ਬੇਗੁਨਾਹ ਹੈ ਗੁਨੇਗਾਰ ਹੈਗਾ ਇਸ ਚੀਜ਼ ਦੀ ਹੈ ਇੱਥੇ ਦੀ ਕੋਰਟ ਨਹੀਂ ਉਸ ਨੂੰ ਕਰਨਾ ਜੋ ਵੀ ਕਰਨਾ ਹੈਗਾ ਤਾਂ ਇੱਥੇ ਕੇਸ ਚੱਲੂ ਹੋਊਗਾ ਤਾਂ ਹੀ ਮੈਨੂੰ ਇਨਸਾਫ ਮਿਲਣ ਦੀ ਉਮੀਦ ਮਿਲੂਗੀ ਈਆਂ ਸਭ ਦੀਆਂ ਸੰਝੀਆਂ ਹੁੰਦੀਆਂ ਨੇ ਇਹ ਗੱਲਾਂ ਮੈਨੂੰ ਲੱਗਦਾ ਹੁਣ ਬੇਕਾਰ ਸਾਬਤ ਹੋ ਰਹੀਆਂ ਕਿਉਂਕਿ ਜਿਸ ਮਾਂ ਦੀ ਇਹ ਧੀ ਸੀਗੀ ਉਸ ਮਾਂ ਨਹੀਂ ਧੀ ਤੇ ਤਰਸ ਨਹੀਂ ਕੀਤਾ ਮੈਂ ਅੱਜ ਦੀ ਡੇਟ ਵਿੱਚ ਜੋ ਹੈ ਲਾਲਚ ਹੈ ਉਹ ਵੱਧਾ ਜਾ ਰਿਹਾ ਖਾਸ ਕਰਕੇ ਪੰਜਾਬ ਦੇ ਜੋ ਮੁੰਡੇ ਕੁੜੀਆਂ ਵਾਂ ਜਾ ਕੋਈ ਵੀ ਹੈ ਉਹ ਅੱਜ ਬਾਹਰ ਜਾਣ ਦੇ ਚੱਕਰਾਂ ਵਿੱਚ ਉਹ ਕੰਮ ਕਰ ਰਿਹਾ ਜੋ ਕੰਮ ਕਦੀ ਕਿਸੇ ਨੇ ਨਹੀਂ ਕੀਤੇ ਮੈਨੂੰ ਨਹੀਂ ਪਤਾ ਚਲਦਾ ਹੈਗਾ ਵਾ ਕਿ ਬਾਹਰ ਜਾ ਕੇ ਤੁਸੀਂ ਕੀ ਕਰ ਲੋਗੇ ਉੱਥੇ ਝਾੜੂ ਪੋਚ ਜੋ ਜੋ ਯੂਪੀ ਬਿਹਾਰ ਤੋਂ ਲਾ ਕੇ ਲੇਬਰ ਇੱਥੇ ਕੰਮ ਕਰਦੀ ਹੈਗੀ ਉਹ ਹੀ ਕੰਮ ਤੁਸੀਂ ਜਾ ਕੇ ਬਾਹਰ ਕਰ ਰਹੇ ਹੋ ਤੁਹਾਡੀ ਵਾਈਫ ਨੂੰ ਸਿਰਫ ਬਾਹਰ ਜਾਣ ਦਾ ਲਾਲਚ ਸੀ ਉਸ ਪਿੱਛੇ ਉਸਨੇ ਆਪਣਾ ਪਰਿਵਾਰ ਉਜਾੜਿਆ ਘਰੇ ਕਦੀ ਕੋਈ ਲੜਾਈ ਝਗੜਾ ਤੁਹਾਡੇ ਨਾਲ ਕੋਈ ਬਿਲਕੁਲ ਮੈਮ ਅੱਜ ਅੱਜ ਮੇਰੀ ਮੇਰੇ ਜੋ ਵਿਆਹ ਨੂੰ 11 ਸਾਲ ਹੋ ਚੁੱਕੇ ਆ 11 ਸਾਲ ਦੇ ਵਿੱਚ ਇੱਕ ਵਾਰ ਵੀ ਸਾਡੇ ਵਿੱਚ ਕੋਈ ਵੀ ਲੜਾਈ ਝਗੜਾ ਕੋਈ ਵੀ ਕੰਪਲੇਂਟ ਇੱਕ ਵੀ ਕੰਪਲੇਂਟ ਕਿਸੇ ਪੁਲਿਸ ਸਟੇਸ਼ਨ ਜਾਂ ਕਿਸੇ ਵੀ ਥਾਂ ਤੇ ਨਹੀਂ ਸਾੜੀ ਗਈ ਹੈ ਨਾਰਮਲ ਸਾਡੀ ਲਾਈਫ ਆ ਪਾਸੇ ਲਾਲਚ ਕਰਕੇ ਪਰਿਵਾਰ ਉਜਾੜਿਆ ਬਿਲਕੁਲ ਜੀ ਲਾਲਚ ਇੱਕ ਬਾਹਰ ਜਾਣ ਦਾ ਲਾਲਚ ਇੱਕ ਐਸ਼ ਫਰਸਤੀ ਦਾ ਲਾਲਚ ਤੁਸੀਂ ਵਿੱਚ ਇਹ ਵੀ ਦੱਸਿਆ ਕਿ ਤੁਹਾਡੀ ਵਾਈਫ ਦੇ ਤੇ ਨਾ ਫੇਅਰ ਹੋਰ ਇਹ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਅਫੇਅਰ ਚੱਲ ਰਹੀ ਸੀ ਮੈਮ ਮੈਂ ਕੁਛ ਤਾਂ ਅਫੇਅਰ ਮੈਨੂੰ ਵਿੱਚੇ ਪਤਾ ਚੱਲੇ ਜਦੋਂ ਜਦੋਂ ਇਸ ਚੀਜ਼ਾਂ ਬਾਰੇ ਪਤਾ ਚੱਲਿਆ ਆਪਣੇ ਵੱਲੋਂ ਦੀ ਕੋਸ਼ਿਸ਼ ਕੀਤੀ ਉਹਨੂੰ ਸਮਝਾਣ ਦੀ ਉਹਨੂੰ ਉਹਦੇ ਬ੍ਰਦਰ ਵੱਲੋਂ ਦੀ ਸਮਝਾਣ ਦੀ ਉਹਨਾਂ ਨੇ ਛੱਡ ਵੀ ਦਿੱਤਾ ਮਗਰ ਇੱਕ ਨੂੰ ਛੱਡਦੇ ਦੂਜੇ ਨੂੰ ਫੜ ਲੈਂਦੇ ਆ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਚੱਲੂਗਾ ਇਹ ਗਲਤ ਗੱਲ ਆ ਜੋ ਹੈਗਾ ਫੇਅਰ ਹੈ ਉਹ ਫੇਅਰ ਅਲੱਗ ਉਹ ਅਲੱਗ ਚੀਜ਼ ਹੈਗੀ ਮਗਰ ਜੋ ਆਪਣੇ ਬੱਚੇ ਨਾਲ ਗਲਤ ਕਰਦੇ ਉਹ ਗਲਤ ਆ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚੇ ਨਾਲ ਗਲਤ ਕਰਕੇ ਕੋਈ ਵੀ ਕੋਈ ਮਾਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਹੋ ਸਕਦਾ ਸਮਾਜ ਪਤਾ ਨਹੀਂ ਕਿਸ ਜਗ੍ਹਾ ਤੇ ਜਾ ਰਿਹਾ ਅੱਜ ਦੀ ਡੇਟ 'ਚ ਮਾਵਾਂ ਵੀ ਇਸ ਤਰ੍ਹਾਂ ਦੀ ਕਰਦੀਆਂ ਪਈਆਂ ਆਪਣੇ ਬੱਚਿਆਂ ਨੂੰ ਮਾਰਦੀਆਂ ਪਈਆਂ ਆਪਣੇ ਬੱਚਿਆਂ ਨੂੰ ਅਲੱਗ ਗਲਤ ਤਰੀਕੇ ਗਲਤ ਵਾਸਤੇ ਘੁਮਾਰੀਆਂ ਗਈਆਂ ਵਾ ਇਹ ਗਲਤ ਹੈ ਇਸ ਚੀਜ਼ ਬਾਰੇ ਕੁਝ ਪੈਸੇ ਦਾ ਲਾਲਚ ਕਿਸੇ ਨੂੰ ਕੁਝ ਲਾਲਚ ਹੈ ਕੁਝ ਨੂੰ ਗਰੀਬੀ ਦਾ ਲਾਲਚ ਹੈ ਮਗਰ ਕੁਝ ਹੈ ਆਸ਼ਵਾਸਤੀ ਆਯਾਸ਼ੀਆ ਵਾਸਤੇ ਵੀ ਇਹ ਕੰਮ ਕਰਦੇ ਆ ਇਹ ਚੀਜ਼ ਗਲਤ ਆ ਪ੍ਰਸ਼ਾਸਨ ਵੱਲੋਂ ਟਿਲ ਕਿਉਂ ਵਰਤੀ ਗਈ ਹੈ ਬੜਾ ਵੱਡਾ ਸਵਾਲ ਜ਼ਰੂਰ ਹੈ ਪਰ ਇਹ ਗੱਲ ਅਸੀਂ ਨਹੀਂ ਬੋਲ ਸਕਦੇ ਕਿ ਪ੍ਰਸ਼ਾਸਨ ਨੇ ਪੱਖਪਾਤ ਕੀਤਾ ਹੈ ਜਾਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਢਿੱਲੀ ਸੀ ਹੋ ਸਕਦਾ ਹੈ ਪ੍ਰਸ਼ਾਸਨ ਕੰਮ ਕਰ ਰਿਹਾ ਹੋਵੇ ਜਾਂ ਹਰਕਤ ਵਿੱਚ ਹੋਵੇ ਪਰ ਹਲੇ ਤੱਕ ਇਸ ਵਿਅਕਤੀ ਨੂੰ ਇਨਸਾਫ ਕਿਉਂ ਨਹੀਂ ਮਿਲਿਆ ਇਹ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਤੇ ਉਸ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਉਸ ਮਾਂ ਤੇ ਜਿਸ ਨੇ ਆਪਣੀ 10 ਸਾਲ ਦੀ ਮਾਸੂਮ ਬੱਚੀ ਦੇ ਨਾਲ ਇਹ ਕੁਕਰਮ ਹੋਣ ਦਿੱਤਾ یا اس کو کرم دینے ਤੋਂ بعد بھی پریوار ਦਾ ساتھ ਨਹੀਂ ਦਿੱਤਾ ਬੱਚੀ ਦਾ ساتھ ਨਹੀਂ ਦਿੱਤਾ ਉਸ ਵਿਅਕਤੀ ਦਾ ساتھ ਦਿੱਤਾ ਜਿਸ ਨੇ ਇਸ ਬੱਚੀ ਦੇ ਨਾਲ ਕੁਕਰਮ ਕੀਤਾ ਜਿਸ ਨੇ ਇੱਕ ਪਰਿਵਾਰ ਖਰਾਬ ਕਰ ਦਿੱਤਾ اس ویلے ਜਿਹੜੀ ਬੱਚੀ ਦੀ ਮਾਂ ਹੈ ਉਹ فرار دسی جا ਰਹੀ ہے اسے ਵਿਅਕਤੀ ਦੇ ਨਾਲ جس ਦੇ ਨਾਲ افیئر چل رہا ہے جس نے ਬੱਚੀ ਦੇ ਨਾਲ ਗਲਤ ਕੰਮ ਕੀਤਾ ਤੇ ماں نے کیوں ਅਜਿਹਾ ਕੀਤਾ یا ماں ਕੁਮਾ ਕਿਉਂ ਹੋਈ ਹੈ اس ਦਾ ਜਵਾਬ ਉਸی ਔਰਤ ਕੋਲ ਹੋਵੇਗਾ ਪਰ ਬੜੇ ਸ਼ਰਮ ਦੀ ਗੱਲ ਹੈ ਉਸ ਔਰਤ ਦੇ ਲਈ ਜਿਸ ਨੂੰ ਆਪਣੀ ਬੱਚੀ ਤੇ ਤਰਸ ਨਹੀਂ ਆਇਆ ਜਿਸ ਨੂੰ ਆਪਣੀ ਔਲਾਦ ਤੇ ਤਰਸ ਨਹੀਂ ਆਇਆ ਤੇ ਉਸਨੇ ਐਨਾ ਗਲਤ ਆਪਣੀ ਬੱਚੀ ਦੇ ਨਾਲ ਹੁਣ ਦਿੱਤਾ ਤੇ ਪੂਰੀ ਉਮੀਦ ਹੈ ਤੇ ਅਪੀਲ ਵੀ ਹੈ ਪ੍ਰਸ਼ਾਸਨ ਨੂੰ ਕਿ ਅਜਿਹੇ ਮਾਮਲਿਆਂ ਤੇ ਸੁਣਵਾਈ ਵੀ ਜ਼ਰੂਰ ਹੋਵੇ ਤੇ ਅਜਿਹੇ ਮਾਮਲਿਆਂ ਤੇ ਨਿਰਪੱਖਤਾ ਦੇ ਨਾਲ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸੁਮਨ ਜੈਤਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ